शराब पीना सेहत लई हानिकारक है। हेलो हेलो, ओ बाज आउन लागी। ओए आहो यार, आउन लागी बाज। तू परे जा यार, मैं तो हो नतने सड़ी ले ली। हेलो, हाँ जी, मैं तुहाडा हरमन प्यारा सेमा बकरियां वाला तुहाडा प्यारा कमेंटर अज तुहाडा स्वागत करदा जी बुरज खेड़ा दे सलाना क्रिकेट टूरनामेंट दे विच। जोरदार तालियां। शावा शावा डमरू, मेरे आंगू बढ़िया खेडी। चकड़े चकड़े डमरू। ओ जा डमरू। ऐसा बुर्ज खेड़ा है नहीं, कोई गल नहीं ना। भाई हुण बहुती थू-थू कराउण दी लोड़ नहीं। ओ एक एक करके खिसक जो करानू। जगता किथे है? पता नहीं यार, जगता किथे है? मैं कि जेड़े पिंड विच टूर्नामेंट हो रहा हुंदा है, उस पिंड दी टीम लिए लाजमी है कि ओ रज के मेहनत करे। उस टीम के कैप्टन नु भी चाहिए कि वो रज के टीम का साथ देवे, भावे किन्ना भी जरूरी काम क्यों ना हो। ਆਪਣੇ ਮਿਲ ਗਏ ਲੈ।
ਲਓ ਜੀ ਤਾਈ ਬਿਛੜੀ ਤਾਂ ਲੈ ਗਈ ਆਪਣੇ ਮਿੱਠੂ ਨੂੰ ਘਰੇ। ਜਿਹੜੀਆਂ ਮਾੜੀਆਂ ਮੋਟੀਆਂ ਉਮੀਦਾਂ ਸੀ ਇਸ ਮੁੰਡੇ ਤੇ ਸੀਗੀਆਂ ਬਾਈ, ਹੁਣ ਤਾਂ ਟਾਈਮ ਗਾਲਣ ਵਾਲੀ ਗੱਲ ਹੀ ਹੈ ਜੀ। ਲਓ ਜੀ ਹੁਣ ਪਾਣੀ ਦੀ ਬ੍ਰੇਕ ਹੋ ਚੁੱਕੀ ਹੈ, ਹੁਣ ਬੁਰਜ ਖੇੜਾ ਦੀ ਟੀਮ ਦੇ ਕੋਲੇ 3 ਓਵਰ ਬਚੇ ਨੇ ਤੇ ਦੌੜਾਂ ਬਣਾਉਣੀਆਂ ਨੇ 60। ਬੇਇੱਜ਼ਤੀ ਬਹੁਤ ਹੁੰਦੀ ਹੋਣੀ ਆਪਣੀ, ਹਾਰ ਪਈ ਨੇ ਦਸ ਦਸ ਨੋਟਾਂ ਵਾਲੇ। ਚੱਲ ਆਹ ਮੈਚ ਤਾਂ ਪਤਾ ਨੀ ਕਦੋਂ ਜਿੱਤਣਾ, ਜਿਹੜਾ ਪਹਿਲਾਂ ਤੂੰ ਪਾਇਆ ਉਹ ਜਿੱਤ ਲਈ। ਚੱਲ ਛੇਤੀ ਚੱਲ ਲੈ ਵੀ ਮੁੰਡਾ ਚੱਕ ਦੇ ਫੱਟੇ ਹੋ ਜਾਣੇ ਜੇ ਖਾਲੀ ਆ, ਪਰ ਤੇਤੋਂ ਕਿੱਥੋਂ ਲੱਗਣੀ ਆ, ਤੂੰ ਤਾਂ ਸਵੇਰ ਦਾ ਖੜਿਆ। ਲਓ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਵਿਚਕਾਰ ਅਬੋਹਰ ਇਲਾਕੇ ਦੇ MLA ਸਰਦਾਰ ਸ਼ਮਸ਼ੇਰ ਸਿੰਘ ਜੀ ਢਿੱਲੋਂ ਉਹ ਪਹੁੰਚ ਚੁੱਕੇ ਨੇ ਤੇ ਨਾਲ ਉਹਨਾਂ ਦੇ ਕਾਕਾ ਜੀ ਸਰਦਾਰ ਬੱਲੀ ਢਿੱਲੋਂ ਜੀ ਵੀ ਪਹੁੰਚ ਚੁੱਕੇ ਨੇ। ਜ਼ੋਰਦਾਰ ਤਾੜੀਆਂ ਉਹਨਾਂ ਦੇ ਸਵਾਗਤ ਤੇ। ਚੱਲ ਘੁਗੜਾ ਜਾ ਬਾਹਰ ਚੱਲ। ਅੱਛਾ ਐ ਕਿਵੇਂ ਬਾਹਰ ਚੱਲ, ਇਹ ਮੈਚ ਹੈ ਇਹਦਾ ਰੂਲ ਹੁੰਦਾ, ਮੈਨੂੰ ਆਊਟ ਕਰੋ ਤੇ ਮੈਨੂੰ ਬਾਹਰ ਕੱਢੋ। ਅੱਛਾ ਗੱਲ ਸੁਣ ਇੱਕ ਮਿੰਟ, ਇੱਕ ਰੂਲ ਹੋਰ ਹੁੰਦਾ, ਜਦੋਂ ਬੰਦਾ ਕਹਿੰਦੇ ਆ ਨਾ ਜ਼ਖਮੀ ਹੋ ਜੇ ਨਾ ਉਦੋਂ ਵੀ ਬਾਹਰ ਹੁੰਦਾ। ਚੱਲ 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 ਬਾਹਰ ਚੱਲ, ਪਹਿਲਾਂ ਮੈਚ ਦੇਖ ਲਾ ਸਾਲਾ ਘੁਗੜ ਜਾ। ਦੌੜਾਂ ਬਣਾਉਣੀਆਂ ਨੇ 60। ਬਹਿ ਜਾ ਹੁਣ, ਤੈਨੂੰ ਦੋ ਲੱਸੀ
ਛੋਟਿਆ ਸ਼ਾਬਾਸ਼ ਮਾਰੀਏ ਜੀ ਅੱਜ ਦੇ ਜੇਤੂ ਟੀਮ ਦੇ ਕਪਤਾਨ ਸਰਦਾਰ ਜਗਤ ਸਿੰਘ ਜੀ ਜੱਟਾ ਦੀ ਸਟੇਜ ਤੇ ਆਉਣ ਦੀ ਬੜਾ ਤਕੜਾ ਖੇਡਦਾ ਹੈ ਬਸ ਤੁਹਾਡਾ ਆਸ਼ੀਰਵਾਦ ਹੈ ਜੀ ਕਿਹਨਾਂ ਦਾ ਹੈ ਮੈਂ ਜੀ ਗੁਰਬਖਸ਼ ਸਿੰਘ ਮਾਨ ਦਾ ਮੁੰਡਾ ਜੀ ਹੈ ਗੁਰਬਖਸ਼ ਸਿੰਘ ਮਾਨ ਦਾ ਮੁੰਡਾ ਜੀ ਗੁਰਬਖਸ਼ ਸਿੰਘ ਮਾਨ ਭਾਜੀ ਆਪਣੇ ਬਖਸ਼ੀ ਦਾ ਮੁੰਡਾ ਜੀ ਜਿਹੜਾ ਬਾਹਰਲੀ ਫਿਰਨੀ ਤੇ ਰਹਿੰਦਾ ਓ ਅੱਛਾ 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 ਆਪਾਂ ਚਾਰ ਦਿਨ ਨੂੰ ਪਾਉਣ ਵਾਸਤੇ ਅੱਛਾ ਜਿਉਂਦਾ ਤੇ ਹੁਣ ਕਾਕਾ ਬੱਲੀ ਢਿੱਲੋਂ ਜੀ ਆਪਣੇ ਘਰ ਕਮਲਾ ਦੇ ਨਾਲ ਦੇਣਗੇ ਅੱਜ ਦਾ ਨਗਦ ਮੈਨ ਆਫ ਦਾ ਮੈਚ ਇਨਾਮ ਸੋਹਣਾ ਖੇਡਦਾ ਛੋਟੇ ਤੇਰੇ ਇੱਕ ਤਾਂ ਮੈਂ ਵੀ ਬਹੁਤ ਵੱਡਾ ਫੈਨ ਸਾਡੇ ਲਾਇਕ ਕੋਈ ਲੋੜ ਹੋਈ ਦੱਸੀ ਜ਼ਰੂਰ ਜੀ ਚੰਗਾ 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 ਵੀਰੇ ਓਕੇ ਜਿਉਂਦਾ ਚੰਗਾ ਜੀ ਚੇਤਕ ਨਵਾਂ ਸਕੂਟਰ ਮਾਰ ਕੇ ਕਿਤੇ ਉੜ ਜਾ ਸਕੂਟਰ ਦਿੱਤਾ ਕਰਾ ਕਿੱਟਾ ਅਸੀਂ ਸਮਝ ਲਾ ਪੁੱਤ ਸ਼ਾਬਾਸ਼ ਉੜ ਜਾ ਪੁੱਤ ਉੜ ਜਾ ਤੂੰ ਇੱਥੇ ਤੁਸੀਂ ਇੱਥੇ ਤੈਨੂੰ ਮਿਲਣ ਆਈ ਆ ਤੈਨੇ ਗੇੜਾ ਮਾਰ ਲੈਣਾ ਸੀ ਹੁਣ ਬਿੱਗ ਬਾਪੂ ਨੇ ਜਾ ਕੇ ਜਾਣਾ ਸੀ ਕਿਉਂ ਮੈਨੂੰ ਕਿਸੇ ਤੋਂ ਡਰ ਲੱਗਦਾ ਰਾਤ ਨੂੰ ਦੇਖੋ ਜੀ ਤੁਸੀਂ MLA ਦੀ ਕੁੜੀ ਹੋ ਤੁਹਾਨੂੰ ਨਹੀਂ ਲੱਗਦਾ ਮੈਨੂੰ ਬਾਹਲਾ ਲੱਗਦਾ ਜੀ ਬੇਬੇ ਬਾਪੂ ਨੇ ਜਾ ਕੇ ਜਾਣਾ ਸੀ ਮਸਾਂ ਤਾਂ ਤੇਰੀ ਕਿਸਮਤ ਜਾਗ ਗਈ ਹੈ ਹੁਣ ਤੇਰੇ ਬੇਬੇ ਬਾਪੂ ਨੇ ਜਾਗ ਜਾਣਾ ਸਭ ਛੱਡ ਮੈਨੂੰ ਨਾ ਇੱਕ ਮਿੱਠੀ ਜਿਹੀ ਪਾਰੀ ਦੇ ਦੇ ਤੁਸੀਂ ਤਾਂ ਸ਼ਾਇਦ ਕੋਈ ਚੱਟਾ ਨਹੀਂ ਫਿਰਦੇ ਜੀ ਪਾਰੀ ਵੀ ਨਹੀਂ ਦਿੰਦਾ ਆ ਕਦਾ ਪਿਆਰ ਹੋਇਆ ਦੇਖੋ ਜੀ ਬਿਨਾਂ ਪਾਰੀਆਂ ਤੋਂ ਵੀ ਤਾਂ ਬੰਦਾ ਪਿਆਰ ਪਿਓ ਚੱਕ ਕਰ ਹੀ ਲੈਂਦਾ ਜੀ ਕਿਹੜਾ ਪਿਆਰ ਸ਼ੂਗਰ ਫ੍ਰੀ ਕਹਿੰਦੇ ਜੀ ਗੱਲਾਂ ਛੱਡ ਤੇ ਪਾਰੀ ਦੇ ਦੇ ਬੇਬੇ ਬਾਪੂ ਜਾਗ ਦੂ ਨਾ ਕਹਿਣਾ ਬੇਬੇ ਜਾਗ ਦੂ ਪਾਰੀ ਨੀ ਪਾਰੀ ਨੀ ਕਿਤੇ ਨੀ ਮਰਿਆ ਤੂੰ ਘਰੇ ਪਿਆ ਪਿਓ ਤੇਰਾ ਤੈਨੂੰ ਬਹੁਤ ਸ਼ਰਮਾ ਆਉਂਦੀਆਂ ਨੇ ਹੁਣ ਕੱਢੋ ਤੂੰ ਸ਼ਰਮ ਹੋਇਆ ਤੇਰੀ ਜਿਹੜੀ ਜਵਾਨੀ ਡੁੱਲ ਡੁੱਲ ਪੈਣ ਡਈ ਆ ਨਾ ਓ ਪੁੱਤ ਤੂੰ ਬਣ ਲਿਆ ਵਕੀਲ ਉਹ ਜੇ ਤੇਰੇ ਅਸੀਂ ਲੱਛਣ ਰਹੇ ਨਾ ਕਚਹਿਰੀਆਂ ਦੇ ਬਾਹਰ ਚਾਹ ਵੇਚੇਗਾ ਮੈਂ ਕਿਹਾ ਪਤਾ ਨੀ ਕੀ ਹੋ ਗਿਆ ਉਹ ਬਾਪੂ ਅੱਧੀ ਰਾਤ ਤੱਕ ਟਹਿ ਜਾਣਾ ਨਾ ਆਪ ਸੌਂਦਾ ਨਾ ਕਿਸੇ ਨੂੰ ਸੌਣ ਦਿੰਦਾ ਹੁਣ ਜੇ ਤੂੰ ਚੂ ਪੈ ਕੀਤੀ ਨਾ ਗਿੱਟਾ ਭਾਂਡੂ ਤੇਰਾ ਮੈਂ ਸਮਝਾ ਲਾ ਚੰਗੀ ਤਰ੍ਹਾਂ ਜਿੱਦਾਂ ਦਾ ਬੀਬੀ ਦਾ ਸੁਭਾਅ ਬਾਜੀ ਉਦਾਂ ਦਾ ਸੁਪਨਾ ਸੱਚੀ ਆ ਗਿਆ ਤਾਂ ਬੀਬੀ ਪੱਕਾ ਮਾਰ ਦੂ ਤੇਰੇ ਕਰਕੇ
ਮੈਨੂੰ ਪੁੱਛ ਕੇ ਇੱਥੇ ਨਾ ਆ ਰਹੇ ਹੋ? ਬਾਹਰ ਬਾਹਰ ਨਿਕਲੋ। ਓਏ ਜਾਓਗੇ ਕੀ ਗਾਲਾਂ ਖਾ ਕੇ ਜਾਓਗੇ? ਹੁਣ ਹੁਣ ਕੀ ਬਾਜੇ ਵਾਲੇ ਬੁਲਾਵਾ ਤੁਹਾਡੇ ਲਈ? ਚਲੋ ਛੇਤੀ ਬਾਹਰ ਬਾਹਰ ਨਿਕਲੋ ਛੇਤੀ। ਤੂੰ ਹੀ ਅੰਗਰੇਜ਼ੀ ਚ ਬਹੁਤ ਸਮਝਾਉਂਦੀ ਆ ਇਹ। ਚੰਗਾ ਜੀ, ਸਤਿ ਸ੍ਰੀ ਅਕਾਲ। ਅੱਜ ਤਾਂ ਲੱਗਦੀ ਬੇਇੱਜ਼ਤੀ ਕਰਾ ਲਈ ਕਨਾਤ ਤੋਂ। ਦੱਸਦਾ ਜਾ ਕੇ ਉਹਨੂੰ ਵੀ ਕਨਾਤ ਨਾ ਆ ਰਹੀ ਆ ਉੱਥੇ। ਓਏ ਜਾਗਦਾ, ਓਏ ਜਾਗਦਾ। ਓ ਕੀ ਆ ਓਏ, ਓਏ ਡਮਰੂਆ, ਕਿਉਂ ਹਲਕੇ ਹੋਏ ਕੁੱਤੇ ਵਾਂਗੂ ਪਕਾਈ ਮਾਰਦਾ ਫਿਰਦਾ? ਜਾਂ ਭੱਜ ਇੱਥੇ, ਸਾਨੂੰ ਕੰਮ ਕਰਨ। ਓਏ ਜਾਗਦਾ, ਓਏ ਆਉਣਾ ਆਉਣਾ ਥੋੜੀ ਦੇਰ ਤੱਕ, ਫਸਲਾਂ ਦੀ ਰਾਖੀ ਵਾਸਤੇ ਮਨ ਬਣ ਕੇ ਆਉਣਾ। ਓ ਕਿਤੇ ਉਧਰਲੀ ਫਸਲ ਤੇ ਕੜੇ ਨਾ ਪੈ ਜਾਣ ਤੇਰੀ ਤੇ। ਓ ਕਨਾਤ, ਕਨਾਤ, ਓ ਕਿਉਂ ਭੋਕੀ ਜਾਣਾ? ਕਨਾਤ ਹਵਾ ਦੇ ਵਰਕਿਆਂ ਤੇ
ਕਹਿੰਦੀ ਫਿਰ ਭਰਜਾਈ ਕਹਿੰਦੀ ਦਫਾ ਹੋ ਗਈ ਸੀ ਨੀ ਮੇਰੀ ਮੈਂ ਤੇਰੇ ਬਾਰੇ ਰਾਤੀ ਸੁਪਨਾ ਸੀ ਇੱਕ ਲਿਆ ਹਵਾ ਦੇ ਪੂਰੀ ਫਿਲਮੀ ਹੈ ਜਮਾ ਸ਼ਿਲਪਾ ਰਾਏ ਉਹ ਸ਼ਿਲਪਾ ਸ਼ੈਟੀ ਹੁੰਦੀ ਹੈ ਸ਼ਿਵਰਿਆ ਰਾਏ ਹੁੰਦੀ ਆ ਆਹੋ ਹੀ ਤੁਸੀਂ ਆਪਦਾ ਦਿਮਾਗ ਵੀ ਲਾ ਲਿਆ ਕਰੋ ਤੂੰ ਝਲਾਤ ਮਾਰਨੋਂ ਨਾ ਹਟੀ ਮੈਨੂੰ ਲੱਗਦਾ ਤੂੰ ਤਾਂ ਉਹੀ ਗੀਤ ਗਾਇਆ ਕਰ ਉਹਦੇ ਨਾਲ ਪਿਆਰ ਮੈਂ ਪਾਉਣਾ ਜਿਹੜੀ ਬਲਟ ਚ ਲਾਉਂਦੀ ਆ ਚੱਲ ਚੱਲੀਏ ਮੇਰਾ ਨਾਮ ਹੈ ਜੀ ਨਿਤਿਸ਼ ਬਾਲੀ ਬਾਰਵੀਂ ਚ ਮੇਰੇ 60% ਸੀ ਤੇ ਪੰਜਾਬੀ ਲਿਟਰੇਚਰ ਪੜ੍ਹਨ ਦਾ ਬਹੁਤ ਸ਼ੌਂਕ ਹੈ ਜੀ ਸ਼ਾਬਾਸ਼ ਨੈਕਸਟ Good morning, sir. My name is Kaina Tillo. I have done my 12th from Dehradun and I have scored 68% of marks. Te mainu bull chalauna, horse riding karna bahut vadhiya lagda hai. Te hor ki shauk si mere? Haan, mainu na pahada vich ghumman da bahut shauk hai. Te main vadde hoke MP banna chahuni haan. Very good. All the best. Thank you, sir. Haan ji, next. ਭਾਬੀ ਯਾਰ ਮੱਧ ਪ੍ਰਦੇਸ਼ ਕਿਉਂ ਬਣਨਾ ਚਾਹੁੰਦੀ ਹੈ ਉਹ ਤਾਂ ਸੂਬਾ ਹੀ ਬਹੁਤ ਵੱਡਾ ਨਹੀਂ ਯਾਰ ਮੈਂਬਰ ਆਫ ਪਾਰਲੀਮੈਂਟ ਹੁੰਦਾ ਅੱਛਾ ਜਿਵੇਂ ਭਗਵੰਤ ਮਾਨ ਆਹੋ ਅੱਛਾ ਸਰ ਜੀ ਮੇਰਾ ਨਾਮ ਮੁਕੇਸ਼ ਹੈ ਮੈਂ ਸਿੰਗਰ ਬਣਨਾ ਚਾਹਤਾ ਉਹ ਬਹਿ ਜਾ ਗਿੱਪੀ ਗਰੇਵਾਲ ਮੇਰਾ ਨਾਮ ਜੀ ਦਵਿੰਦਰ ਸ਼ਰਮਾ ਉਰਫ ਡਮਰੂ ਹੈ ਜੀ ਤੇ ਮੈਂ ਪਲੱਸ ਟੂ ਦੇ ਵਿੱਚੋਂ 35% ਅੰਕ ਪ੍ਰਾਪਤ ਕੀਤੇ ਹਨ ਗੱਲ ਬਹੁਤ ਹੁੰਦੇ ਹਰ ਇਕੱਲੇ ਬੰਦੇ ਵਾਸਤੇ ਤੇ ਮੈਨੂੰ ਫੋਨ ਤੇ ਵਟਸਐਪ ਤੇ ਫੇਸਬੁੱਕ ਦੇਖਣ ਦਾ ਬਹੁਤ ਸ਼ੌਕ ਹੈ ਜੀ ਉਹ ਫੇਸਬੁੱਕ ਤੇ ਵਟਸਐਪ ਹੌਬੀ ਨਹੀਂ ਗੰਦੀ ਆਦਤ ਹੁੰਦੀ ਹੈ ਨਹੀਂ ਜੀ ਗੰਦਾ ਗਰੁੱਪ ਕੋਈ ਜੁਆਇਨ ਨਹੀਂ ਕੀਤਾ ਜੀ ਆਪਾਂ ਲਗਾਤਾਰ ਤੀਸਰਾ ਸਾਲ ਹੈ ਨਾ ਤੇਰੇ ਵਾਸਤੇ ਬੀਏ ਫਸਟ ਈਅਰ ਦੀ ਕਲਾਸ ਨਹੀਂ ਜੀ ਸ਼ਾਨਦਾਰ ਚੌਥਾ ਜੀ ਮੈਂ ਜਾ ਹੁਣ ਸਰ ਮੇਰੇ ਘਸਾਲ ਹੀ ਮਾਰ ਗਏ ਸੀ ਯਾਰ ਹਾਂਜੀ ਨੈਕਸਟ ਕੌਣ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਤ ਸਿੰਘ ਹੈ ਜੀ ਤੇ ਮੈਂ 12ਵੀਂ ਬੁਰਜਖੇੜਾ ਤੋਂ ਪਾਸ ਕੀਤੀ ਹੈ ਜੀ 70% ਨੰਬਰਾਂ ਨਾ ਗੁੱਡ ਤੇ ਮੈਨੂੰ ਕ੍ਰਿਕਟ ਖੇਡਣ ਦਾ ਖੇਤੀ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਜੀ ਤੇ ਮੈਂ ਕਾਬਿਲ ਵਕੀਲ ਬਣਨਾ ਚਾਹੁੰਦਾ ਜੀ ਵੈਰੀ ਗੁੱਡ ਚਲੋ ਬਈ ਹੋ ਗਿਆ ਇੰਟਰੋਡਕਸ਼ਨ ਆਓ ਖੂਵਲ ਮੁੰਡਾ ਨਹੀਂ ਸੰਦੀਪ ਸਿੰਘ ਤੇ ਮੈਂ ਤੁਹਾਨੂੰ ਪੜਾ ਉਹੀ ਹੈ ਪੱਕਾ 70% ਨਾ ਨਕਲ ਮਾਰ ਕੇ ਲਿਖਤੇ ਹੋਣੇ ਸਹੀ ਗੱਲ ਹੈ ਤੈਨੂੰ ਕਿਹਾ ਸੀ ਕਾਰ 'ਚ ਚੱਲਦੇ ਆ ਓਹੋ ਪ੍ਰੀਤੀ ਜੀ ਜ਼ਿੰਦਗੀ ਦੇ ਵਿੱਚ ਨਾ ਥੋੜਾ ਥ੍ਰਿਲ ਹੋਣਾ ਚਾਹੀਦਾ ਲੈ ਬਾਈਕ ਚਲਾਉਣ ਚ ਕਿਹੜਾ ਥ੍ਰਿਲ ਮੈਨੂੰ ਤਾਂ ਸਮਝ ਨਹੀਂ ਆਉਂਦੀ ਹਾਂ ਬਾਈਕ ਚਲਾਉਣ ਚ ਤਾਂ ਕੋਈ ਥ੍ਰਿਲ ਨਹੀਂ ਹੁੰਦਾ ਪਰ ਬੁਲ ਚਲਾਉਣ ਚ ਨਾ ਬਹੁਤ ਥ੍ਰਿਲ ਹੁੰਦਾ ਜਾ ਚਲਾ ਜਾ ਬਣ ਜਾ ਹੀਰੋ ਜਾ ਜਾ ਕੇ ਤੇ ਲੱਕੜ ਦਾ ਗਿੱਟਾ ਨਾ ਪਾਉਣਾ ਪੈ ਜੇ ਉਹਦੇ ਮਾਰ ਦੇ ਕਿੱਕ ਓਏ ਐ ਕਿਵੇਂ ਵਗ ਜਾ ਜੇ ਪਿਆਰ ਨਾ ਬਲੋ ਤਾਂ ਜਾਵਾਂਗੇ ਓਹੋ ਉਰੇ ਬੁਲਾ ਲਿਆ ਮੰਗੇ ਆਇਆ ਕਾਇਨਾਤ ਆਸ ਡਾਕਟਰ ਲੈ ਫੜ ਲੋ ਪੂਛ ਆ ਬੁਲਾ ਲਿਆ ਰੋੜੀ ਕੁੱਟਣਾ ਜਿਹਾ ਭਰਾ ਉਹਨੇ ਆਪਦਾ ਓਏ ਕਿਉਂ ਬੋਝ ਪਾ ਲਿਆ ਜਾਣਦਾ ਇਹਨੂੰ ਪਕਾਨੇ ਜੀ ਨੂੰ ਮੈਂ ਬੂਟਾ ਦੇ ਫੀਤੇ ਬੰਨਣ ਲੱਗੇ ਤੇ ਸਾਹ ਚੜ ਜਾਂਦਾ ਇਹਨੇ ਕੀ ਕਿੱਕ ਸਵਾਹ ਮਾਰਨੀ ਆ ਉਹ ਨਾਲੇ ਜੱਟਾ ਇਹ ਕੰਮ ਤਾਂ ਤੇਰਾ ਯਾਰ ਜਗਤਾ ਹੀ ਕਰੂ Oh, 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 oh
ਗੱਲ ਤਾਂ ਤੁਹਾਡੀ ਠੀਕ ਹੈ ਜਿੰਦਰ ਸਾਹਿਬ, ਪਰ ਮੇਰੀ ਜ਼ਿੰਦਗੀ ਦਾ ਤਜਰਬਾ ਇਹ ਕਹਿੰਦਾ ਹੈ ਕਿ ਇਲੈਕਸ਼ਨ ਤਿੰਨ ਤਰੀਕੇ ਨਾਲ ਜਿੱਤੀ ਜਾਂਦੀ ਹੈ ਜੀ, ਪਿਆਰ ਨਾਲ, ਪੈਸੇ ਨਾਲ ਤੇ। ਦੇਖੋ ਬਈ, ਪਿਆਰ ਤੇ ਪੈਸੇ ਵਾਲਾ ਕੰਮ ਤੁਸੀਂ ਸਾਂਭੋ, ਛਿੱਤਰਾਂ ਵਾਲੀ ਸੇਵਾ ਮੇਰੀ ਲਾ ਦਿਓ। ਧੂਲ ਕੋਟੀਆ ਦੀ ਇਲੈਕਸ਼ਨ ਕੈਂਪੇਨ ਇਸ ਵਾਰ ਜੁਨੇਜਾ ਹੈਂਡਲ ਕਰ ਰਿਹਾ ਹੈ। ਉਹ ਤਾਂ ਫਿਰ ਕੀ ਹੋ ਗਿਆ, ਜੁਨੇਜੇ ਵਰਗੇ ਵੀ ਤੁਰੇ ਫਿਰਦੇ ਆ, ਤੁਹਾਨੂੰ ਕੀ ਹੋਇਆ? ਕਿਉਂ ਭਰਜਾਈ, ਲੈ ਇਹਦੇ ਵਿੱਚ ਡਰਨ ਵਾਲੀ ਕਿਹੜੀ ਗੱਲ ਹੈ? ਜਿਆਦਾ ਹੀ ਹੈ ਤਾਂ ਪਿਛਲੀ ਵਾਰ ਨਾਲੋਂ ਜਿਆਦਾ ਮਿਹਨਤ ਕਰ ਲਾਂਗੇ। ਔਰ ਤੇਰੇ ਨਾਲ ਤਾਂ ਭਰਜਾਈ ਤਗੜੀ ਹੈ, ਤਾਂ ਇਹਦੀ ਗੱਲ ਮੰਨ ਕੇ ਚੱਲਦਾ। ਜਿੰਦਲ ਸਾਹਿਬ, ਤਾਕਤ ਤੇ ਕੁਰਸੀ ਦਾ ਨਸ਼ਾ ਭੀਮ ਵਰਗਾ ਹੁੰਦਾ, ਇੱਕ ਵਾਰੀ ਲੱਗ ਜਾਵੇ ਨਾ ਤੇ ਸੱਤ ਦਿਨਾਂ ਤੱਕ ਨਹੀਂ ਉਤਰਦਾ। ਸਤਿ ਸ੍ਰੀ ਅਕਾਲ ਜੀ। ਰਾਣੀ, ਆ ਜਾਓ ਆ ਜਾਓ ਆ ਜਾਓ ਆ ਜਾਓ ਬੇਟਾ। ਜਿੰਦਲ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬੇਟਾ। ਸਤਿ ਸ੍ਰੀ ਅਕਾਲ। ਇਹ ਆਪਣੀ ਇਲੈਕਸ਼ਨ ਚ ਬਹੁਤ ਮਦਦ ਕਰਦੇ ਨੇ। ਵਾਓ ਆਂਟੀ ਜੀ, ਮੈਂ ਤੁਹਾਡੇ ਨਾਲ ਨਾ ਇਲੈਕਸ਼ਨ ਕੈਂਪੇਨ ਬਾਰੇ ਬਹੁਤ ਸਾਰੀ ਗੱਲਾਂ ਕਰਨੀਆਂ, ਲੰਬੀ ਚੌੜੀ ਲਿਸਟ ਬਣਾਈ ਹੈ। ਜਦ ਮਰਜ਼ੀ ਆਓ ਬੇਟਾ, ਤੁਸੀਂ ਬੈਠੋ, ਮੈਂ ਫਰੈਸ਼ ਹੋ ਕੇ ਆਈ। ਓਕੇ, ਇੱਕ ਮਿੰਟ ਇੱਕ ਮਿੰਟ, ਤੂੰ ਅੱਜ ਫੇਰ ਬੋਟਲ ਲੈ ਗਈ ਸੀ? ਜੇ ਡਿੱਗ ਕੇ ਲੱਤ ਬਾਂਹ ਤੜਾ ਲਈ ਤਾਂ ਘਰ ਵਾਲਾ ਵੀ ਲੰਗੜੇ ਮਿਲੂਗਾ। ਵਾਹ ਸ਼ਮਸ਼ੇਰ ਸਿੰਘ ਜੀ, ਲੱਗਦਾ ਇੱਕ ਹੋਰ ਪੋਲੀਟੀਸ਼ੀਅਨ ਤਿਆਰ ਹੋ ਗਿਆ। ਹਾਂਜੀ ਭਾਬੀ ਜੀ, ਸਿਆਸਤਦਾਨਾਂ ਦੇ ਘਰੇ ਸਿਆਸਤਦਾਨ ਹੀ ਜੰਮਦੇ ਨੇ। ਹੈ ਲੈ ਫੜ, ਉਹ ਚੱਕ ਲੈ ਯਾਰ, ਆ ਪਾਣੀ ਦੇਵਾਂ। ਬਾਈ ਓਏ ਯਾਰ, ਹੁਣ ਕਹਿਣਾ ਤੈਨੂੰ ਰੋਜ਼ ਮਿਲਿਆ ਕਰੂੰ ਯਾਰ, ਹੁਣ ਕਿਹੜਾ ਦੇਹਰਾਦੂਨ ਹੋਸਟਲ ਜਾਣਾ ਹੁਣ? ਵੀਰੇ ਆ ਦੇਹਰਾਦੂਨ ਕਿੱਥੇ ਕੁ ਪੈਂਦਾ ਭਲਾ? ਦੇਹਰਾਦੂਨ ਪਏ ਨੂੰ ਤਾਂ ਕਈ ਸਦੀਆਂ ਹੋ ਗਈ, ਹੁਣ ਤਾਂ ਸੁੱਕਣਾ ਢਹਿਣ ਵਾਲਾ ਵੀ ਹੋਇਆ ਪਿਆ। ਤੈਨੂੰ ਮੈਂ ਦੱਸ, ਇੱਥੋਂ ਲਈ ਮਲੋਟ ਵਾਲੀ ਬੱਸ, ਠੀਕ ਹੈ, ਮਲੋਟੋ ਜਾਈ ਸਿੱਧਾ ਬਠਿੰਡੇ, ਬਠਿੰਡੇ ਫੌਜੀ ਵਾਲੇ ਚੌਂਕ ਚ ਉਤਰ, ਸਰ ਕਿਸੇ ਸਿਆਣੇ ਬੰਦੇ ਤੋਂ ਪੁੱਛ ਲਈ ਵੀ ਮੈਂ ਦੇਹਰਾਦੂਨ ਜਾਣਾ। ਬਸ ਉਹ ਜਾ ਕੇ ਆਪਦੀ ਰੋਜੀ ਰੋਟੀ ਨੂੰ ਵੇਖ। ਉਹ ਤੈਨੂੰ 20 ਵਾਰੀ ਕਿਹਾ ਵੀ ਆਪਦੀ ਰੋਜੀ ਭਾਬੀ ਦਾ ਇੱਜ਼ਤ ਨਾਲ ਨਾ ਲਿਆ ਕਰ। ਉਹ ਸੱਚੀ ਯਾਦ ਆਇਆ ਯਾਰ, ਇਹੋ ਜਿਹੇ ਵੇਲੇ ਤਾਂ ਰੋਜੀ ਆਪਦੇ ਬਾਪੂ ਨਾਲ ਹੱਥੀ ਚਾਹੀਦੀ ਹੁੰਦੀ ਹੈ। ਮੈਂ ਕਹਾਂ ਧਿਆਨ ਨਾਲ ਜਾਈ, ਧਿਆਨ ਸਾਲਾ ਲੱਗਦਾ, ਕੱਲੇ ਜਾਊ ਮੈਂ ਤਾਂ, ਇਹੋ ਜਿਹੇ ਕੰਮ ਚ ਤਾਂ ਬੰਦਾ ਕੱਲਾ ਠੀਕ ਰਹਿੰਦਾ। ਸਾਲਾ ਐਵੇਂ ਬਕਵਾਸ ਮਾਰਦਾ ਰਹਿੰਦਾ। ਉਹ ਯਾਰ ਜਗਤੇ, ਉਹ ਤੂੰ ਪੈਗ ਲਾ, ਆ ਬਣਾ ਹੀ ਪਿਆ ਤੇਰਾ, ਆ ਫੜ ਖਿੱਚ। ਓਏ ਨਾ ਓਏ ਕਰਮਿਆ, ਉਹ ਲਾਲਾ ਯਾਰ, ਉਹ ਜਿਹਨੂੰ ਇਸ਼ਕ ਦੀ ਖਮਾਰੀ ਚੜੀ ਹੁੰਦੀ ਆ ਨਾ, ਉਹਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ। ਅੱਛਾ ਜੀ ਵੀਰੇ, ਜਿੱਥੇ ਤੂਫਾਨ ਜ਼ਿਆਦਾ ਆਉਂਦੇ ਹੋਣ ਨਾ, ਉੱਥੇ ਛੱਤਾਂ ਨੀਵੀਆਂ ਰੱਖਣੀਆਂ ਪੈਂਦੀਆਂ। ਕਰਮਿਆ ਹੁਣ ਤਾਂ ਆਸਾਂ ਦੇ ਮਹਿਲ ਖੜੇ ਹੋ ਗਏ, ਹੁਣ ਤਾਂ ਤੂਫਾਨ ਰੁਕੇ ਤੇ ਪਤਾ ਲੱਗੂ ਕੀ ਟਹਿ ਗਿਆ ਤੇ ਕੀ ਰਹਿ ਗਿਆ। ਤੈਨੂੰ ਪਤਾ ਅਗਲੀ ਦੇ ਸ਼ੌਂਕ ਤੇ ਖਿਆਲ ਵੱਡੇ ਨੇ, ਜੇ ਉਹਨੇ ਪਿਆਰ ਕਰਨ ਤੋਂ ਨਾ ਕਰਤੀ ਫਿਰ ਕੀ ਕਰੇਗਾ? ਇਹ ਮਨ ਪਰਚਾਵਾ ਨਹੀਂ ਹੈਗਾ, ਇਸ਼ਕ ਹੈ। ਇਹਦਾ ਸੀ ਕਿ ਦੋਵੇਂ ਪਾਸੇ ਬਰੋਬਰ ਹੁੰਦਾ, ਸਮਝੇ? ਬਾਈ ਤੂੰ ਵੱਡਾ ਆਸ਼ਕ ਤੇਰੀਆਂ, ਤੈਨੂੰ ਪਤਾ ਭਰਾਵਾ। ਕੱਛੇ ਧੋਣ ਵਾਲਾ ਸਾਬਣ ਚਾਹੀਦਾ, ਕੀ ਚਾਹੀਦਾ? ਉਹ ਪਜਾਮੇ ਧੋਣ ਵਾਲਾ, ਕੁੜਤੇ ਧੋਣ ਵਾਲਾ ਸਾਬਣ ਜੀ, ਸਾਬਣ ਚਾਹੀਦਾ। ਚੱਕ ਕੱਢ ਪੈਸੇ, ਪਾਣ ਲੈ ਲੋਗੇ? ਮੈਂ ਲੱਗਦਾ ਲੈਣੀ ਨੀ। ਚੱਲ ਕੋਈ ਦੁਕਾਨ ਬੰਦ ਕਰ। ਚੰਗਾ ਜੀ, ਸਤਿ ਸ੍ਰੀ ਅਕਾਲ।
ਉਹ ਆ ਗਈ ਭੁੱਖੀ ਸ਼ੇਰਨੀ, ਹੁਣ ਮਰੂ ਪੰਜਾ ਤੇਰੇ। ਦੇਖੀ ਚੱਲ ਹੁਣ ਕੀ ਹੁੰਦਾ। ਕੀ ਦੇਖ ਰਿਹਾ? ਕੁਛ ਨੀ, ਛਿੜੀ ਛਿੱਕਾ। ਮੈਂ ਦੇਖਿਆ, ਅੱਖਾਂ ਫਾੜ ਫਾੜ ਕੇ ਮੈਨੂੰ ਦੇਖ ਰਿਹਾ ਸੀ ਨਾ। ਤੁਹਾਨੂੰ ਕਿਹਨੇ ਕਿਹਾ? ਮੈਂ ਆਪਣੀ ਅੱਖਾਂ ਨਾਲ ਦੇਖਿਆ। ਇਹਦਾ ਮਤਲਬ ਇਹ ਆ ਫਿਰ ਤੁਹਾਡਾ ਧਿਆਨ ਮੇਰੇ ਚ, ਤੁਹਾਡੀ ਗੇਮ ਚ ਨੀ। ਤੁਸੀਂ ਆਪਣਾ ਚਿੜੀ ਛਿੱਕਾ ਖੇਡੋ। ਮੈਨੂੰ ਨਾ ਤੇਰੀ ਸਲਾਹ ਦੀ ਕੋਈ ਲੋੜ ਨੀ ਹੈ। ਜਿੱਥੇ ਮੇਰਾ ਦਿਲ ਕਰੇ ਮੈਂ ਦੇਖੂ। ਠੀਕ ਆ ਫਿਰ, ਜਿੱਥੇ ਮੇਰਾ ਦਿਲ ਕਰੋ ਮੈਂ ਉੱਥੇ ਦੇਖੂ, ਤੇ ਜੇ ਮੈਂ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਮੇਰੇ ਨਾ ਦੇਖੋ। ਮੈਂ ਕਦੋਂ ਕਿਹਾ ਕਿ ਮੈਨੂੰ ਤੂੰ ਪਸੰਦ ਨਹੀਂ? ਛਿੱਤਰ ਖਾ ਕੇ ਕੱਪੜੇ ਚੜ ਕੇ ਚਲੇ ਜਾਣਾ, ਇੱਜ਼ਤ ਆਪਣੀ ਚਲੇ ਜਾਣੀ ਵੀਰੇ। ਇੱਜ਼ਤ ਨੂੰ ਤੂੰ ਤਾਂ ਕਾਲਜ ਦੇ ਵਿੱਚ ਚਾਰ ਘੋੜਾਣੇ ਰਸਤੇ ਆਉਣਾ ਨਾ, ਭੂਪਣਾ ਨਾਲ ਖੁੱਲਦਾ ਤੇਰਾ ਤਾਂ ਦਰਵਾਜ਼ਾ। ਚੁੱਪ ਕਰ ਯਾਰ, ਮੈਨੂੰ ਸਾਲੀਏ ਸਮਝ ਨੀ ਲੱਗਦੀ ਮੈਨੂੰ ਕਿਹੜੇ ਗੇੜ ਪਾ ਗਈ ਯਾਰ। ਕਦੀ ਗੇਮ ਚ ਕੇਸਰ ਵੀ ਭੇਜਿਆ ਸਿੱਖੀ ਨਾਲ। ਇਹ ਤਾਂ ਨੌ ਹੈ। ਡਮਰੂ ਮਿਲ ਗਿਆ ਚਿੱਠੀਆਂ। ਜਗਤ ਹੱਸਣਾ ਯਾਰ, ਇਹ ਰੋਜੀ ਨੇ ਨਾ ਨੌ ਭੇਜੇ, ਬਿਨਾਂ ਨੌ ਨਾਲ ਡਮਰੂ ਲਹੂ ਕੱਢੇ, ਫਿਰ ਉਸੇ ਲਹੂ ਨਾਲ ਇਸੇ ਕਾਗਜ਼ ਤੇ ਆਪਣਾ ਪਿਆਰ ਲਿਖ ਕੇ ਭੇਜੇ। ਔਰ ਨਾਲੇ ਸਾਲੇ ਇੱਕ ਗੱਲ ਯਾਦ ਰੱਖੀ, ਜਾਂਦਾ ਗੁਣ ਕਿਸੇ ਮੁਰਗੇ ਬੱਕਰੇ ਦਾ ਲੈ ਜੀ, ਜਿੰਨੀ ਤੂੰ ਦਾਰੂ ਸੜੁਕਦਾ ਨਾ, ਨਹੀਂ ਤਾਂ ਸਾਲੇ ਸਾਰੀ ਚਿੱਠੀ ਜੋ ਵਾੜ ਮਾਰੂ। ਮੇਰੀ ਗੱਲ ਸੁਣ ਡਮਰੂ, ਕੀ ਹੋ ਗਿਆ? ਉਹ ਚੱਲ ਮਾਫ ਕਰ ਦੇ ਯਾਰ, ਉਹ ਅਸੀਂ ਚੌੜ ਕਰਦੇ ਸੀ। ਸਾਲੇ ਮੈਂ ਵੀ ਤਾਂ ਚੌੜੀ ਕਰਦਾ, ਹੋਰ ਬੜਾ ਮੈਂ ਦਲੀਪ ਕੁਮਾਰ ਟ੍ਰੈਜਿਕ ਐਂਗਲ ਸਾਰਾ ਨਕਲ ਚੀ ਨਾ ਹੋਵੇ। ਇੱਕ ਗੱਲ ਦੱਸਾਂ ਕਿ ਜੇ ਇਹ ਨੌ ਸ਼ੋਕੀ ਲਾਲਦੇ ਹੋਏ ਨਾ ਤਾਂ ਸਮਝੋ ਉਹਦੀ ਦਸਾਂ ਨੌ ਦੀ ਕਮਾਈ ਆਪਣੇ ਕੋਲ ਹੀ ਆ ਗਈ। ਰੋਜੀ ਤਾਂ ਨੇਰ ਸਵੇਰ ਆਪੇ ਆਜੂ। ਉਹ ਚੌੜਿਆ, ਉਹ ਨੇਰ ਸਵੇਰ ਨਹੀਂ ਹੁੰਦਾ, ਦੇਰ ਸਵੇਰ ਹੁੰਦਾ। ਆਸ਼ਕਾਂ ਤਾਂ ਨੇਰ ਸਵੇਰ ਹੀ ਹੁੰਦਾ। ਇੱਕ ਗੱਲ ਹੋਰ, ਚਿੱਠੀ ਨੇ ਮੇਰਾ ਚਾਹੇ ਕੰਮ ਨਹੀਂ ਕੀਤਾ ਪਰ ਜਗਤੇ ਤੇਰਾ ਜ਼ਰੂਰ ਕਰੂਗੀ। ਉਹ ਕਿਵੇਂ ਯਾਰ? ਦੱਸਦਾ ਹੁਣ ਤਾਂ ਸੁਣੀ ਝਾਟੀ ਵੀ ਲੈ ਲਈ, ਹੁਣ ਤਾਂ ਕਰੇਗਾ ਕੰਮ। ਡਮਰੂ ਮੇਰਾ ਪੂਰਾ ਨਾਮ ਲਿਆ ਕਰ, ਲਖਵਿੰਦਰ। ਪੂਰੇ ਨਾਂ ਨੂੰ ਗੁਰਦੌਰ ਲੱਗਿਆ ਤੂੰ? ਨਖਰੇ ਵੇਖਾਂ ਵੱਡੇ ਲਾਵ ਗੁਰੂ ਦੇ। ਓਏ ਆ ਮੇਰਾ ਮਖਵਿੰਦਰ ਪੁੱਤਾ, ਕਰੇਗਾ ਨਾ ਪੁੱਤ ਮੇਰਾ ਕੰਮ? ਕਰੂਗਾ ਕਰੂਗਾ, ਹਨਾ ਵੀਰੇ? ਤੂੰ ਤਾਂ ਹੀ ਕਹਿ, ਲੇਕਿਨ ਆ ਦੋਨੋਂ ਬੰਦੇ ਮੈਨੂੰ ਪਸੰਦ ਨਹੀਂ ਹੈ। ਉੱਪਰ ਉੱਪਰ ਡਮਰੂ, ਹੋਰ ਉੱਪਰ ਉੱਪਰ, ਹੁਣ ਚਾਰ ਚੜ ਜੀਏ। ਤਨ ਵੀ ਪਕੜੋ। ਕਿਵੇਂ ਪਕੜਾਂ ਤਨ? ਕੰਨਾਂ ਤੇ ਢਿੱਡ ਦੇ ਵਿਚਾਲੇ ਢਿੱਡ ਵੀ ਆਉਂਦਾ। ਉਹ ਜਗਤੇ ਨੂੰ ਛੇਤੀ ਮਨਾ ਫੁੱਫੜ ਨੂੰ। ਉਹ ਮੇਰੇ ਤੱਕ ਮੰਨ ਜਾ ਮੇਰਾ ਮਖਵਿੰਦਰ ਪੁੱਤ, ਚਲ ਮੰਨ ਜਾ, ਚਲ ਮੰਨ ਜਾ ਮੇਰਾ ਬੁੱਗਾ, ਉਹ ਮੰਨ ਜਾ ਯਾਰ। ਅੱਛਾ ਠੀਕ ਹੈ, ਉਹ ਮੰਨ ਗਿਆ। ਸੁਣ ਲਿਓ, ਤੇ ਅੱਜ ਫ੍ਰੀ ਹੈ ਨਾ ਤੂੰ? ਹਾਂ ਹਾਂ, ਸ਼ਾਪਿੰਗ ਕਰਨੀ ਹੈ ਬਹੁਤ ਸਾਰੀ। ਹਾਂ ਹਾਂ, ਪੱਕਾ ਪੱਕਾ। ਓਏ ਓ ਛੋਟੂ, ਦੀਦੀ ਆ ਚਿੱਠੀ ਤੁਹਾਡੇ ਲਈ ਹੈ। ਮੇਰੇ ਲਈ ਜਾਂ ਇਹਦੇ ਲਈ? ਜਸਵੀਨ ਨੇ ਕਿਹਾ ਸੀ ਕਿ ਆ ਚਿੱਠੀ ਲਾਲ ਸੂਟ ਵਾਲੀ ਨੂੰ ਦੇਣੀ ਹੈ। ਅੱਛਾ, ਆਪਣੇ ਵੀਰੇ ਨੇ ਪੁੱਛ ਕਿ ਆ ਚਿੱਠੀ ਮੈਨੂੰ ਕੀ ਦੇਣੀ ਆ? ਚਿੱਠੀ ਮਨੂ ਤੂੰ ਦੇਣੀ ਹੈ।
ਬਾਬਾ ਸੁਨੀਤਾ ਜੀ ਆਹ ਪ੍ਰਸ਼ਾਦ ਕਿੱਥੇ ਚੜਾਉਣਾ ਜੀ ਭਗਤਾਂ ਨੂੰ ਆਂਦੋ ਨਵੀਂ ਭਗਤ ਬਾਬੇ ਦੇ ਬਚਨ ਹੋ ਗਏ सवाल होया हुण पसंद तां लोग योजन नछत्र सिंह नूं भी करी जांदे ने नी तेरे करके बस बंद कर यार ओया चिलमानियां भी खा लेणियां सी हुण इह कड़ा सी कबाड़ी नूं वेचण जाईए चुन लिया रसीदी टेटी जेडा तो यह आप है तेरी चिट्ठी कितों लैजू तेन चुप यार ओए पुत मुखविंदर पुत एक बारी मेरा काम कर दे पुत एक बारी मेरा काम होर कर दे पुत ठीक है फिर आजकल दल आर या पार रहूगी दल तेरी आर ही रहनी है पार पूर नहीं लगनी है तो ओ यार सिरा ला के आऊगा ओ तो मगर ही पै गया आई डोंट नो पहले शॉपिंग पे चलेंगे फिर पार्क पे चलेंगे पक्का दीदी चिट्ठी फनी है नहीं फनी ना नहीं फरनी ना ता आंटी सेट गया की ਬਰੰਗ ਚਿੱਠੀਆਂ ਚੰਨੋ ਪੜਿਆ ਕਰਾਂ ਕਿਉਂ ਨਾ ਉਹ ਸਾਡਾ ਡਾਕੀਆ ਨਿਕੜਾ ਜਿਹਾ ਜਿਹਦਾ ਸੁਣਦੀਆ ਸੋਹਣੀਏ ਹੋਏ ਹੋਏ ਤੇਰੀਆਂ ਬਰੰਗ ਚਿੱਠੀਆਂ ਉਹ ਚੱਲ ਚਿੱਠੀ ਦਾ ਜਵਾਬ ਨਾ ਸਹੀ ਘੱਟੋ ਘੱਟ ਤੈਨੂੰ ਉਹੀ ਜਵਾਬ ਦੇ ਜਾਂਦੀ ਸ਼ਬ ਸ਼ਬ ਬੋਲਿਆ ਕਰ ਯਾਰ ਮੁਰਦਾ ਬੋਲੂ ਕੱਫਣੀ ਪਾੜੂ ਲੈ ਜਗਤੇ ਲੱਭ ਗਈ ਚਿੱਠੀ ਲਿਖਣ ਦੇ ਸੌ ਤਰੀਕੇ ਚਿੱਠੀਆਂ ਕਹਿੰਦੇ ਪੱਥਰ ਯੁੱਗ ਤੋਂ ਸ਼ੁਰੂ ਹੋ ਗਈਆਂ ਸੀ ਸੁਣਨ ਚ ਆਇਆ ਵੀ ਲੋਕ ਕਬੂਤਰਾਂ ਦੇ ਗਲਾਂ ਚ ਚਿੱਠੀਆਂ ਪਾ ਦਿੰਦੇ ਸੀ ਤੇ ਇਸ ਗੱਲ ਦਾ ਕਬੂਤਰ ਨੂੰ ਵੀ ਪਤਾ ਹੁੰਦਾ ਸੀ ਵੀ ਚਿੱਠੀ ਦਾ ਜਵਾਬ ਦੇਣਾ ਲੈ ਅੱਜ ਕੱਲ ਕਈ ਇਨਸਾਨਾਂ ਨੂੰ ਨੀ ਪਤਾ ਵੀ ਚਿੱਠੀ ਦਾ ਜਵਾਬ ਵੀ ਦੇਈਦਾ ਹੁੰਦਾ ਯਾਰ ਆ ਕੁੜੀਆਂ ਨੂੰ ਵੀ ਸਮਝਣ ਵਾਲੀ ਕੋਈ ਕਿਤਾਬ ਹੈਗੀ ਆ ਸ਼ਮਸ਼ੇਰ ਸਿੰਘ ਦੀ ਧੀ ਸਬਰ ਰੱਖ ਬੇਬੇ ਤੂੰ ਕਿਉਂ ਜੋ ਟਕਾਉਣੇ ਕੁੜੇ ਤੂੰ ਟਰੈਕਟਰ ਚਲਾ ਲੈਣੀ ਆ ਟਰੈਕਟਰ ਆਂਟੀ ਜੀ ਮੈਂ ਤਾਂ ਬੁਲਟ ਵੀ ਚਲਾ ਲੈਣੀ ਆ ਹੋਰ ਕੀ ਉਹ ਕੀ ਹੈ ਨਾ ਟਰੈਕਟਰ ਨਾ ਫਾਰਮ ਹਾਊਸ ਤੇ ਖੜਾ ਕਰਨਾ ਸੀਗਾ ਮੈਂ ਪਾਪਾ ਨੂੰ ਕਿਹਾ ਕਿ ਪਾਪਾ ਨੌਕਰ ਨੂੰ ਨਾ ਭੇਜੋ ਮੈਂ ਹੀ ਚਲੇ ਜਾਵਾਂਗੀ ਇਸੇ ਬਹਾਨੇ ਗੇੜਾ ਛੇੜਾ ਵੀ ਲੱਗ ਜਾਊ ਚੱਲ ਚੰਗਾ ਕੀਤਾ ਬੱਤ ਹਾਂਜੀ ਆਂਟੀ ਜੀ ਆਂਟੀ ਜੀ ਪਾਣੀ ਮਿਲੋ ਪੀਣ ਲਈ ਹਾਂ ਹਾਂ ਜਵਨ ਪਾਣੀ ਲਿਆ ਪੁੱਤ ਕੁੜੀ ਲਈ ਆਇਆ ਜੀ ਵੀਰੇ ਫਿਰ ਪਾਣੀ ਦੇ ਦਾਂ ਕਿ ਡੋਲੂ ਚ ਪਾ ਦਾਂ ਕਿ ਤੂੰ ਜਾਣਾ ਤਾਂ ਹੈਗਾ ਤੂੰ ਵੀ ਇਕੱਠੇ ਹੀ ਪੀ ਲਿਓ ਤੂੰ ਹੱਟਦਾ ਰਹੀ ਕੁੜੇ ਤੂੰ ਟਰੈਕਟਰ ਤੇ ਬੈਠੀ ਰਹਿਣਾ ਪਹਿਲੀ ਵਾਰੀ ਸਾਡੇ ਘਰ ਆਈ ਆ ਧੀਏ ਚਾਹ ਤਾਂ ਪੀ ਕੇ ਜਾ ਨਹੀਂ ਆਂਟੀ ਜੀ ਉਹ ਨਾ ਥੋੜੀ ਛੇਤੀ ਹੈ ਆ ਲਓ ਜੀ ਪਾਣੀ ਪਾਣੀ ਪੀਣਾ ਚੰਗਾ ਜੀ ਫਿਰ ਚਲਦੀ ਆ ਮੈਂ ਫਾਰਮ ਹਾਊਸ ਤੇ ਅੱਜ ਤਾਂ ਦਿੰਦਾ ਮੈਨੂੰ ਤੂੰ ਸੂਟ ਨਹੀਂ ਲੱਗਦਾ
वाह बड़ी छेती आ गए तुसी। हां जी बस हां जी वेख लो जी बस नाले कितनी दूर पैंदा जी खेत फिर भी एक मिनट ला जी आंडू। मैं थोड़ी कोई सिफत नहीं की थी। पूछ रही हूं इतना टाइम किवें लग्या। ओ आ तो जड़ा सी जी बस ओ नवी नवी गल बनी है जी मुंडे दी रास्ते च भंगड़े पाउन लग गए हुण चार कलूटियां तो बन गई। आ तो जाना सी जी ओ पर ओ डर लगता सी। डर मेरे तो डर लगता सी। नहीं मेरे तो नहीं अपनी तकदीर तो। जिड़ा कायना ढिल्लो नू पसंद है ना ओनू डरन दी कोई लोड़ नहीं समझिया। आजा फिर बाग दिखावा आजा। बाग रू बड़ा गल गला दा बाग लाया ने चलो मोरिया करो। तू आप कला आप कला तू हाय मैं की किता की होया मैनू कहंदी आज तैनू फुल्लां दा बाग दिखाउणा ही दिखाउणा ले दस। हाय झूठा मैं कदों गया कहा ता है। हां ओ फिर की होया दिखा दे इनू फुल्लां वाला बाग जा चल। वैसे मैं जानता नहीं हुंदा किसे नाल बस तेरे कहे तो जा रहा हां। ओ चिट्ठी विच लिखिया सी ना कि मिलके तू मेनू कुछ कहना चाहना। मैं कहना चाहता सी नहीं थोड़े बाग वाले सोने जी ए गल तू मेरे पापा जी नु कहंदा ना ता कोई नाम भी मिलदा। तुसी वाले सोने हो जी मेनू पता। देखो जी अपने आप दा ता सब नु पता हुंदा जी हुण साडा डमरी ले लो अद्धा कमला है ओनु भी पता जी। जगत हां जेडी गल कहना चाहना है ना हां मेनू ओ दस। मैं कहना चाहता सी के की कहा जी मैं मेरे लिए मुश्किल है थोड़ा जा मेरे तो नहीं कहा हूं औखा जी मेरे लिए। I love you। हां जी जगत एक कुड़ी ना इन्हें ही कह सकती है। देखो जी नहीं जी बाला बाला औखा जी मेरे वास्ते मैं तो नहीं कह होना सच्ची। वसदे सजना तेरे मैं दिल विच रहना हो अखियां विच वसदे सजना तेरे मैं दिल विच रहना हलड़ दी जान लटकदी हल कोई करना है पैना तेरे थोड़े और रादे डाली ना गली वे तेरे नल जीना सजना मरता जाऊं कल्ली रे तेरे
ਛੱਟ ਬੱਲੀ ਬਾਈ ਯਾਰ ਤੂੰ ਭਾਬੀ ਨੂੰ ਬੁਲਾ ਕਿਉਂ ਨੀ ਲੈਂਦਾ ਇੰਨੇ ਦਿਨ ਹੋ ਗਏ ਗੇੜੇ ਮਾਰਦਿਆਂ ਨੂੰ ਉਹ ਬੁਲਾਉਣ ਨੂੰ ਤਾਂ ਅੱਜ ਬੁਲਾ ਲਾਂ ਪਰ ਜਿਹੜੀ ਆ ਇੱਕ ਪਾਸੇ ਵਾਲੀ ਆਸ਼ਕੀ ਆ ਨਾ ਟਵਾਣੇ ਇਹਦਾ ਨਸ਼ਾ ਹੀ ਹੋਰ ਹੈ ਨਾਲੇ ਟਵਾਣੇ ਤੇਰੀ ਰੇਂਜ ਤੋਂ ਬਾਹਰ ਆ ਗੱਲਾਂ ਹੈ ਪੁੱਤ ਨਜ਼ਾਰਾ ਲਿਆਤਾ ਵੀ ਭਰਜਾਈ ਨੇ ਓਏ ਹੋਏ ਉਹ ਕੀ ਹੋ ਰਿਹਾ ਬਈ ਇੱਥੇ ਮੈਂ ਤੁਹਾਨੂੰ ਪੁੱਛਦਾ ਇੱਥੇ ਮਜਮਾ ਕਾਹਦਾ ਲਾਇਆ ਇਹ ਸਾਡਾ ਨਿੱਜੀ ਮਾਮਲਾ ਇਕਲੋ ਮਾਸਟਰ ਮੈਂ ਤੈਨੂੰ ਪੁੱਛਦਾ ਨਾਮ ਕੀ ਹੈ ਤੇਰਾ ਨਾਮ ਕੀ ਹੈ ਤੇਰਾ ਬੱਲੀ ਨਾਂ ਆ ਮੇਰਾ ਬੱਲੀ ਢਿੱਲੋਂ ਅੱਗੇ ਤੋਂ ਬਾਹ ਨਾ ਫੜੀ ਸ਼ਰਮ ਆਉਣੀ ਚਾਹੀਦੀ ਹੈ ਤੈਨੂੰ ਵੀਰੇ ਉਹ ਸਾਡੇ ਸਰ ਨੇ ਸਰ ਹੋ ਤੇਰਾ ਉਹਨਾਂ ਦੀ ਉਮਰ ਦਾ ਤਾਂ ਲਿਹਾਜ਼ ਕਰਦਾ ਕੀ ਗੱਲ ਬੜੀ ਸਾਡੇ ਲਈ ਜਾ ਰਹੀ ਹੈ ਪਾਪਾ ਜੀ ਪਾਪਾ ਜੀ ਸਮਝਾਓ ਵੀਰੇ ਨੂੰ ਬਾਪੂ ਜੀ ਹੁਣ ਮੇਰੇ ਏਰੀਏ ਚ ਆ ਕੇ ਕਿਸੇ ਨੂੰ ਮੇਰਾ ਨਾਂ ਹੀ ਨਹੀਂ ਪਤਾ ਤੇ ਕੰਮ ਤਾਂ ਲਾਫੜਿਆਂ ਵਾਲੇ ਆ ਸਿੱਧਾ ਥੱਪੜੀ ਚੜਤਾ ਓਏ ਆਦਤਾਂ ਸਾਰੀਆਂ ਦਾਦੇ ਤੇ ਗਈਆਂ ਮਾੜਾ ਮੋਟਾ ਮੇਰਾ ਵੀ ਖਿਆਲ ਕਰ ਲਿਆ ਕਰ ਹਾਂਜੀ ਠੀਕ ਹੈ ਸਹੀ ਹੈ ਜੀ ਸਤਿ ਸ੍ਰੀ ਅਕਾਲ ਐਮ ਐਲ ਏ ਸਾਹਿਬ ਸਤਿ ਸ੍ਰੀ ਅਕਾਲ ਬੈਠੋ 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 ਦੱਸੋ ਹਾਂਜੀ ਸਰ ਇਹ ਪ੍ਰੋਫੈਸਰ ਸੰਦੀਪ ਸਿੰਘ ਹੈ ਜੀ ਕਾਲਜ ਵਿੱਚ ਜਿਨ੍ਹਾਂ ਨਾਲ ਕੱਲ ਕਾਲਜ ਵਿੱਚ ਕਾਕਾ ਜੀ ਦੀ ਗੱਲ ਹੋਈ ਸਰ ਮਾਫ਼ੀ ਮੰਗਣਾ ਚਾਹੁੰਦੇ ਸਰ ਸੰਦੀਪ ਸੋਰੀ ਜੀ ਹੈਂ ਸੁਣਿਆ ਨੀ ਥੋੜਾ ਉੱਚਾ ਤੇ ਇੱਜ਼ਤ ਨਾਲ ਸੋਰੀ ਕਾਕਾ ਜੀ ਵੈਸੇ ਕੀ ਪੜ੍ਹਾਉਂਦੇ ਹੋ ਤੁਸੀਂ ਹਿਸਟਰੀ ਪੜ੍ਹਾਉਂਦਾ ਜੀ ਹਿਸਟਰੀ ਚ ਤਾਂ ਕੱਲੀ ਕੱਲੀ ਗੱਲ ਡਿਟੇਲ ਚ ਦੱਸੀ ਜਾਂਦੀ ਹੈ ਥੋੜਾ ਵਿਸਥਾਰ ਚ ਦੱਸੋ ਮਾਸਟਰ ਜੀ ਮੈਂ ਜੀ ਮੈਂ ਆਪਣੀ ਕੱਲ ਵਾਲੀ ਗੱਲ ਲਈ ਸ਼ਰਮਿੰਦਾ ਹਾਂ ਜੀ ਮੈਨੂੰ ਮਾਫ ਕਰ ਦਿਓ ਵਾਹ ਮਾਫੀ ਮੰਗਣ ਵਾਲਾ ਬੰਦਾ ਬਹੁਤ ਵੱਡਾ ਹੁੰਦਾ ਕਿਆ ਬਾਤ ਹੈ ਬੇਟਾ ਹੱਥ ਮਿਲਾ ਬਈ ਥੈਂਕ ਯੂ ਕਾਕਾ ਜੀ ਥੈਂਕ ਯੂ ਸਰ ਥੈਂਕ ਯੂ ਜੀ ਅਸੀਂ ਚੱਲਦੇ ਹਾਂ ਸਰ ਪ੍ਰਿੰਸੀਪਲ ਸਾਹਿਬ ਵੀ ਗੱਲ ਹੋ ਜੀ ਸਰ ਕੱਲ ਮੇਰੇ ਸਪੂਤ ਦਾ ਜਨਮ ਦਿਨ ਹੈ ਸਾਰਿਆਂ ਨੇ ਆਉਣਾ ਜਰੂਰ ਆਵਾਂਗੇ ਸਰ ਗੁੱਡ ਥੈਂਕ ਯੂ ਜੀ ਥੈਂਕ ਯੂ ਕਾਕਾ ਜੀ ਥੈਂਕ ਯੂ ਸਰ ਜਦ ਤੱਕ ਸਹੀ ਜਵਾਬ ਨਹੀਂ ਨਾ ਦਿੰਦਾ ਉਨੀ ਦੇਰ ਤੱਕ ਲੱਗਿਆ ਰਹੀ ਸਮਝ ਗਿਆ ਹਾਂਜੀ ਓ ਯਾਰ ਪੰਜ ਦਿਨ ਚਾਰ ਰਾਤਾਂ ਹੋ ਗਈਆਂ ਯਾਰ ਮਿਲਿਆ ਨੂੰ ਕਿਉਂ ਰੋਜ਼ ਤਾਂ ਮਿਲਦੇ ਆ ਕਾਲਜ ਉਹ ਵੀ ਕੋਈ ਮਿਲਣਾ ਜੀ ਕੋਲ ਦੇ ਲੰਘ ਜਾਂਦੇ ਹੋ ਫਿਰ ਕਿਵੇਂ ਮਿਲਣਾ ਅੱਖਾਂ ਚ ਅੱਖਾਂ ਪਾ ਕੇ ਬੈਠਣਾ ਸਮਝਿਆ ਕਰੋ ਕੀ ਸਮਝਿਆ ਕਰਾਂ ਉਹ ਨਾਲੇ ਮੈਂ ਉਹ ਪਾਰੀ ਵਾਲੀ ਅਰਜੀ ਲਈ ਸੀ ਉਹਦਾ ਵੀ ਦੱਸ ਦਿੰਦੇ ਕੀ ਬਣਿਆ ਅੱਛਾ ਜੀ ਹਾਂ ਕਿੱਥੇ ਆਈ ਲਵ ਯੂ ਕਹਿਣ ਲੱਗੇ ਹੱਥ ਪੈਰ ਠੰਡੇ ਹੋ ਰਹੇ ਸੀ
ਹੁਣ ਕਿੱਥੇ ਪਾਰੀਆਂ ਵੰਗੀਆਂ ਜਾ ਰਹੀਆਂ ਨੇ। ਆ ਹੌਸਲੇ ਕੁਝ ਜ਼ਿਆਦਾ ਨਹੀਂ ਵੱਧ ਗਏ? ਉਹ ਪਿਆਰ ਚ ਨਾ ਜੀ ਬਾਹਲੀ ਸ਼ਕਤੀ ਹੁੰਦੀ ਹੈ ਜੀ, ਨਾਲੇ ਬੰਦੇ ਨੂੰ ਮੱਲੋ ਮੱਲੀ ਦਲੇਰ ਕਰ ਦਿੰਦੀ ਹੈ ਜੀ। ਮੇਰੇ ਕੋਲੋਂ ਤਾਂ ਹਜੇ ਦੋ ਤਿੰਨ ਦਿਨ ਆਇਆ ਨੀ ਜਾਣਾ, ਉਸ ਤੋਂ ਬਾਅਦ ਤੇਰੀ ਪਾਰੀ ਵਾਲੀ ਅਰਜ਼ੀ ਬਾਰੇ ਸੋਚਿਆ ਜਾ ਸਕਦਾ। ਓ ਅੱਛਾ ਜੀ, ਪਰ ਦੋ ਤਿੰਨ ਦਿਨ ਬਾਲਾ ਲੇਟ ਨੀ ਹੋ ਜੀ? ਇੱਕ ਰਾਹ ਹੈ, ਕੱਲ ਬੱਲੀ ਵੀਰੇ ਦੀ ਬਰਥਡੇ ਪਾਰਟੀ ਹੈ, ਆ ਜਾ ਘਰੇ, ਲੈ ਜਾ ਪਾਰੀ। ਕੀ ਹੋਇਆ, ਕਿੱਥੇ ਗਈ ਪਿਆਰ ਵਾਲੀ ਸ਼ਕਤੀ? ਹੈਲੋ, ਨਹੀਂ ਨਹੀਂ ਕੋਈ ਨੀ ਜੀ, ਆਪਣਾ ਹੀ ਘਰ ਹੈ, ਆ ਜਾਂਗੇ ਨਾਲੇ, ਦੇਖਿਓ ਕਿਤੇ ਮੁੱਕਰ ਨਾ ਜਾਇਓ। ਉਹ ਨਹੀਂ ਹੋਏ, ਕਾਇਨਾਤ ਢਿੱਲੋ ਜੋ ਕਹਿੰਦੀ ਹੈ ਉਹੀ ਕਰਦੀ ਹੈ। ਕਾਇਨਾਤ, ਹਾਂਜੀ ਬੇਟਾ, ਕਿਹਦੇ ਨਾਲ ਗੱਲਾਂ ਤੇ ਲੱਗੀ ਹੈ? ਮੰਮਾ, ਉਹ ਪ੍ਰੀਤੀ ਹੈ। ਅੱਛਾ ਪ੍ਰੀਤੀ ਹੈ, ਲੈ ਮੇਰੀ ਗੱਲ ਕਰਾ, ਕਿੰਨੇ ਦਿਨ ਹੋ ਗਏ ਆਈ ਨੀ। ਹੈਲੋ ਹੈਲੋ ਪ੍ਰੀਤੀ ਬੇਟਾ, ਤੂੰ ਆਈ? ਹੈਲੋ ਹੈਲੋ, ਫੋਨ ਹੀ ਕੱਟਤਾ, ਨੈਟਵਰਕ ਪ੍ਰੋਬਲਮ, ਨੈਟਵਰਕ ਪ੍ਰੋਬਲਮ। ਚੰਗਾ ਚੰਗਾ, ਤੂੰ ਛੇਤੀ ਦੇ ਥੱਲੇ ਆ, ਸਾਰੇ ਵੇਟ ਕਰ ਰਹੇ ਨੇ ਤੇਰੀ ਖਾਣੇ ਤੇ, ਆ ਜਾ ਮੇਰਾ ਪੁੱਤ, ਆ ਜਾ ਹੁਣ। ਹਾਂਜੀ ਮੰਮਾ। ਆ ਕੀ ਹੈ ਯਾਰ, ਸੱਚੀ ਮੈਨੂੰ ਮਰਵਾ ਦੇਣਾ ਕਿਸੇ ਨੂੰ। ਪਾਰਟੀ ਤੇ ਜਾਣਾ, ਉਹ ਵੀ MLA ਸ਼ਮਸ਼ੇਰ ਸਿੰਘ ਦੇ ਘਰ। ਹਾਂ, ਨਾਲੇ ਤਾਂ ਪਾਰੀ ਪੂਰੀ ਵਾਲਾ ਕੰਮ ਜਾਓ ਜੂ। ਚੱਲ ਫਿਰ ਐ ਕਰਦੇ ਮੇਰੇ, ਮੈਂ ਕਣਕ ਨੂੰ ਸਪਰੇਅ ਕਰਨੀ ਬੰਦ ਕਰ ਦੇਣਾ ਤੇ ਆਪ ਘੁੱਟ ਪੀ ਲੈਣਾ, ਇੱਥੇ ਮਰਨਾ ਸੌਖਾ। ਗੱਲ ਇਹਦੀ ਵੀ ਸਹੀ ਹੈ। ਕੀ ਸਹੀ ਹੈ ਯਾਰ, ਐਵੇਂ ਡਰੀ ਜਾਂਦੇ ਹੋ, ਆਪਾਂ ਸ਼ਾਮ ਨੂੰ ਉੱਥੇ ਜਾਣਾ, ਮੈਂ ਕਾਇਨਾਤ ਨੂੰ ਮਿਲ ਲੂ, ਤੁਸੀਂ ਦੋ ਦੋ ਪੈਗ ਮਾਰੋ, ਰੋਟੀ ਪਾਣੀ ਛਕੋ ਤੇ ਵਾਪਸ ਆ ਜਾਵਾਂਗੇ। ਗੱਲ ਇਹਦੀ ਵੀ ਸਹੀ ਹੈ। ਪੈਰ ਛੱਡ ਗਿਆ ਦਾਰੂ ਦਾ, ਨਾ ਸੁਣ ਕੇ ਪੈਰ ਛੱਡ ਗਿਆ। ਉਹ ਤੇਰੇ ਵਰਗੇ ਬੰਦੇ ਨੇ ਦੋ ਦਾਰੂ ਦੀਆਂ ਬੋਤਲਾਂ ਪਿੱਛੇ ਧਰਮ ਬਦਲ ਲੈਂਦੇ ਆ। ਉਹ ਮੈਨੂੰ ਕਦੋਂ ਤੂੰ ਜਨੂੰ ਲਾ ਕੇ ਨਮਾਜ਼ ਪੜ੍ਹਦੇ ਨੂੰ ਦੇਖ ਲਿਆ ਹੈ? ਉਹ ਛੱਡ ਯਾਰ, ਚੱਲ ਛੱਡ ਫਿਰ, ਤੂੰ ਰਹਿ ਇੱਥੇ ਹੀ, ਮੈਂ ਤੇ ਡਮਰੂ ਚਲੇ ਚੱਲਦੇ ਆ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਡਮਰੂ ਬੱਜੇ ਕਿਹਦੇ ਹੱਕ ਚ ਹੋਣਾ। ਸਾਰੇ
ਪਿੱਛਾ ਕਿਵੇਂ? ਉਹ ਜੇ ਇਹਨੂੰ ਅੱਜ ਛੱਡਤਾ ਇਹਨੇ ਜ਼ਹਿਰੀਲੀ ਵੇਲ ਬਣ ਕੇ ਐਸਾ ਜੂੜ ਮਾਰਨਾ ਜਿਹਨੂੰ ਨਾ ਸਾਲਾ ਰੱਖਿਆ ਜਾਣਾ ਨਾ ਸਾਲਾ ਵੱਢਿਆ ਜਾਣਾ। ਆਪਣੀ ਇੱਜ਼ਤ ਜ਼ਿਆਦਾ ਪਿਆਰੀ ਹੈ। ਚਾਰ ਕਿੱਲੇ ਠੇਕੇ ਤੇ ਵਾਹਨ ਨੂੰ ਕੀ ਦੇਤੇ? ਤੁਸੀਂ ਸਾਡੀਆਂ ਜ਼ਮੀਨਾਂ ਦੇ ਮਾਲਕ ਬਣਨ ਨੂੰ ਫਿਰਦੇ ਹੋ? ਨਹੀਂ ਨਹੀਂ ਕਾਕਾ ਜੀ, ਇਹ ਕਿਵੇਂ ਹੋ ਸਕਦਾ? ਅਸੀਂ ਨਿਮਾਣੇ ਨਿਤਾਣੇ ਤੁਹਾਡੀਆਂ ਜ਼ਮੀਨਾਂ ਦੇ ਮਾਲਕ ਕਿਵੇਂ ਬਣ ਸਕਦੇ ਆ? ਬਸ ਮਾਫ ਕਰ ਦੋ ਜੀ, ਬਸ ਮਾਫ ਕਰ ਦੋ ਸਰਦਾਰ ਸਾਹਿਬ। ਕਾਕਾ ਜੀ ਬਖਸ਼ ਦਿਓ, ਮੇਰੇ ਪੁੱਤ ਨੂੰ ਮਾਫ ਕਰ ਦਿਓ, ਸਰਦਾਰ ਸਾਹਿਬ ਤੁਹਾਡੇ ਰੱਖਣ ਦੇ ਆ। ਓਏ ਆਪਣਾ ਜੁੱਲੀ ਬਿਸਤਰਾ ਚੱਕ ਤੇ ਨਿਕਲ ਕਿਸੇ ਹੋਰ ਪਿੰਡ। ਨਹੀਂ ਨਹੀਂ ਕਾਕਾ ਜੀ, ਜ਼ਮੀਨਾਂ ਤੋਂ ਬਿਨਾਂ ਅਸੀਂ ਕੀ ਕਰਾਂਗੇ? ਅਸੀਂ ਤਾਂ ਭੁੱਖੇ ਮਰ ਜਾਵਾਂਗੇ ਜੀ। ਮੇਰਾ ਟੱਬਰ ਉਲਝੋ ਸਰਦਾਰ ਸਾਹਿਬ, ਮਾਫ ਕਰ ਦਿਓ, ਮਾਫ ਕਰ ਦਿਓ ਮੇਰੇ ਪੁੱਤ ਨੂੰ ਇੱਕ ਵਾਰ। ਅੱਗੇ ਵੀ ਤੁਹਾਡਾ ਹੀ ਦਿੱਤਾ ਖਾਣੇ ਆ, ਹੁਣ ਵੀ ਤੁਹਾਡਾ ਦਿੱਤਾ ਹੀ ਖਾਣਾ। ਮੈਂ ਤੁਹਾਨੂੰ ਯਕੀਨ ਦਿਵਾਉਣਾ ਜੀ, ਮੇਰਾ ਪੁੱਤ ਇੱਧਰ ਕਦੇ ਨਹੀਂ ਆਊਗਾ, ਤੁਹਾਡੇ ਸਾਹਮਣੇ ਕਦੇ ਨਹੀਂ ਆਉਣ ਦਊਗਾ। ਮਾਫ ਕਰ ਦੋ ਸਰਦਾਰ ਸਾਹਿਬ, ਮੇਰੇ ਪੁੱਤ ਦੀ ਬਹੁਤ ਵੱਡੀ ਗਲਤੀ ਹੋ ਗਈ। ਬਖਸ਼ ਚੌਵੀ ਘੰਟੇ ਆ ਤੇਰੇ ਕੋਲ, ਆਪਣੇ ਪੁੱਤਰ ਨੂੰ ਕਿਤੇ ਭੇਜ ਦੇ, ਨਹੀਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਧਰਤੀ ਦੇ ਵਿੱਚ ਜਿਉਂਦਾ ਕੱਢ ਦਿਆਂਗਾ। ਸਮਝੇ? ਜਾ ਚਲਾ ਜਾ। ਜੀ ਸਰਦਾਰ ਸਾਹਿਬ। ਬਾਪੂ ਜੀ, ਤੁਸੀਂ ਸਮਝਦੇ ਕਿਉਂ ਨੀ, ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਓਏ ਕਿਹੜਾ ਪਿਆਰ ਜਗਤ ਸਿਆ,
ਰਿਸ਼ਤੇਦਾਰੀ ਦੁਸ਼ਮਣੀ ਹਮੇਸ਼ਾ ਬਰਾਬਰ ਦੇ ਨਾਲ ਹੁੰਦੀ ਹੈ ਤੇ ਕਮਲਿਆ ਤੂੰ ਦੋਵੇਂ ਗਲਤ ਥਾਂ ਪਾਈ ਬੈਠਾ ਕੈਨਾਤ ਨਾਲ ਕੱਟੇ ਦਿਨ ਕਿੱਦਾਂ ਭੁੱਲ ਸਕਦਾ ਨਾਲੇ ਪਿਆਰ ਕਰਨਾ ਕੋਈ ਗੁਨਾਹ ਥੋੜੀ ਨਾ ਹੁੰਦਾ ਈ ਗਰੀਬਾਂ ਲਈ ਪਿਆਰ ਕਰਨਾ ਗੁਨਾਹ ਹੀ ਹੁੰਦਾ ਹੈ ਪੁੱਤ ਐਮਐਲਏ ਨੇ ਤਾਂ ਕੁੜੀ ਨੂੰ ਵਰਾ ਕੇ ਉਹਦਾ ਵਿਆਹ ਕਿਸੇ ਤਕੜੇ ਘਰ ਕਰ ਦੇਣਾ ਕੁੜੀ ਕੋਲ ਵੀ 100 ਰਾਹ ਹੋਣੇ ਨੇ ਮਨ ਹੌਲਾ ਕਰਨ ਨੂੰ ਤੇ ਤੂੰ ਇਹਨਾਂ ਚੌਂਕ ਦਿਨਾਂ ਦਾ ਬੋਝ ਸਾਰੀ ਜ਼ਿੰਦਗੀ ਆਪਣੇ ਮੋਢਿਆਂ ਤੇ ਚੁੱਕੀ ਫਿਰਨਾ ਨਾ ਬੇਬੇ ਤੂੰ ਨਾ ਏਦਾਂ ਕਹਿ ਕਲਮਾਨ ਸੇਵਕ ਜਾ ਭੂਆ ਕੋਲ ਨਾ ਮੈਂ ਨਹੀਂ ਜਾਣਾ ਬਿਲਕੁਲ ਵੀ ਹਾਂ ਵੇਖ ਮੈਂ ਤੇਰੇ ਅੱਗੇ ਹੱਥ ਜੋੜ ਮੇਰੀ ਆ ਗੱਲ ਮੰਨ ਲਾ ਬੀਬਾ ਪੁੱਤ ਫਿਰ ਬਹੁਤ ਸਾਰੀ ਜ਼ਿੰਦਗੀ ਇੱਕ ਨਾ ਮੰਨੀ ਤੂੰ ਕੱਲ ਮਾਨਸਾ ਜਾ ਰਿਹਾ ਬਸ ਐਮਐਲਏ ਨੇ ਜਿਹੜਾ ਸਾਨੂੰ ਕੱਲ ਮਾਰਨਾ ਹੈ ਨਾ ਅਸੀਂ ਸਾਰਾ ਟੱਬਰ ਫਾ ਲੈ ਕੇ ਅੱਜ ਮਰ ਜਾਂਦੇ ਆ ਫਿਰ ਤੂੰ ਕਰ ਲਈ ਮਨਾਈਆਂ ਨਾਲੇ ਇੱਕ ਗੱਲ ਹੋਰ ਕੱਲ ਤੋਂ ਬਾਅਦ ਤੂੰ ਪਿੰਡ ਕਦੇ ਵਾਪਸ ਨਾ ਆਵੀਂ ਤੇਰੇ ਪਿਓ ਨੇ ਜ਼ੁਬਾਨ ਦਿੱਤੀ ਹੈ ਐਮਐਲਏ ਨੂੰ ਮਮਾ ਮੈਂ ਕਿਹਾ ਨਾ ਮੈਂ ਨਹੀਂ ਜਾਣਾ ਤੁਸੀਂ ਪਲੀਜ਼ ਜਾਓ ਦੇਖ ਕਾਇਨਾਤ ਜੇ ਤੂੰ ਸੱਚੀ ਜਗਤ ਨੂੰ ਪਿਆਰ ਕਰਦੀ ਹੈ ਨਾ ਤਾਂ ਇਸੇ ਛੱਡ ਦੇ ਇਹਦੇ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਪਰ ਇਸ ਵਾਰ ਉਸ ਮੁੰਡੇ ਦੀ ਜਾਨ ਜ਼ਰੂਰ ਚਲੀ ਜਾਣੀ ਹੈ ਮੁੰਡਿਆ ਜਗਤਿਆ ਵੱਡੇ ਲੋਕ ਨੇ ਆਪਣਾ ਇੱਥੇ ਕੁਛ ਨੀ ਵੱਟੀ ਤਾਂ ਆਪਣਾ ਇਹਨਾਂ ਨਾਲ ਕੋਈ ਮੇਲ ਨੀ ਮੁੰਡਿਆ ਸ਼ਮਸ਼ੇਰ ਜੀ ਤੁਹਾਡੇ ਘਰ ਨਾਲ ਰਿਸ਼ਤਾ ਜੋੜਨਾ ਮੇਰੇ ਲਈ ਮਾਣ ਦੀ ਗੱਲ ਹੈ ਪਰ ਤੁਹਾਡਾ ਸੁਨੇਹਾ ਮਿਲਣ ਤੇ ਤਾਂ ਮੈਂ ਡਰ ਹੀ ਗਿਆ ਸੀ ਕਿਉਂ ਗੱਲ ਸਾਹਿਬ ਮੈਂ ਬੰਦੇ ਖਾਨਾ ਜੀ ਹੱਦ ਹੋ ਗਈ ਯਾਰ ਪੁੱਤਰ ਜੀ ਕਿਹੜੀ ਕਲਾਸ ਪੜ੍ਹਦੇ ਹੋ ਬੋਲੋ ਬੇਟਾ ਜੀ ਬੀਏ ਫਸਟ ਈਅਰ ਸ਼ਾਬਾਸ਼ ਪੁੱਤਰ ਵਿਆਹ ਤੋਂ ਬਾਅਦ ਵੀ ਤੁਸੀਂ ਆਪਣੀ ਪੜ੍ਹਾਈ ਇੱਦਾਂ ਹੀ ਜਾਰੀ ਰੱਖਿਓ ਸਾਡੇ ਵੱਲੋਂ ਤੁਹਾਨੂੰ ਪੂਰੀ ਸਪੋਰਟ ਹੈ ਨਾਲੇ ਪਾਪਾ ਅੱਜ ਤੇ ਆਪਣੇ ਛੋਟੇ ਵੀਰ ਦੀ ਪੱਗ ਦੀ ਮੈਚਿੰਗ ਵੀ 100/100 ਮੈਚਿੰਗ ਹੋਈ ਹੋਈ ਹੈ ਕਿਉਂ ਧੀਏ ਮੇਰਾ ਪੁੱਤ ਪਸੰਦ ਹੈ ਨਾ ਤੈਨੂੰ ਐਕਚੁਲੀ
ਸ਼ਰਮਾਉਂਦੀ ਬਹੁਤ ਹੈ ਨਾ ਜੀ, ਪਸੰਦ ਹੈ ਪਸੰਦ ਕਿਉਂ ਨੀ, ਨਾ ਪਸੰਦ ਵਾਲੀ ਤਾਂ ਕੋਈ ਗੱਲ ਹੀ ਨੀ ਜੀ। ਲਓ ਪਸੰਦ ਨੂੰ ਕਹਾ ਪੰਡਿਤ ਤੋਂ ਆਪਾਂ ਟੇਵਾ ਕਢਾਉਣਾ, ਆਓ ਗਿਰ ਸਾਹਿਬ ਅਗਲੇ ਹਫਤੇ ਬਾ ਮੰਗਣਾ ਪੱਕਾ ਕਰੀਏ, ਤੁਹਾਡਾ ਮੂੰਹ ਮਿੱਠਾ ਕਰੀਏ, ਬੱਲੇ ਬੱਲੇ ਕਾਲੇ ਕਾਲੇ, ਆ ਵਧਾਈਆਂ ਸਾਰਿਆਂ ਨੂੰ, ਬਹੁਤ ਬਹੁਤ ਵਧਾਈ ਜੀ। ਦੂਰ ਹੋ ਜਾਣਾ ਤੈਨੂੰ ਗੈਰਾਂ ਨੇ ਲੈ ਜਾਣਾ, ਇਸ ਦੁੱਖ ਚੰਦਰੇ ਨੇ ਮੇਰੀ ਜ਼ਿੰਦਗੀ ਨੂੰ ਲੈ ਬਹਿ ਜਾਣਾ, ਤੂੰ ਜੁਗ ਜੁਗ ਜੀਵੇ ਜ਼ਿੰਦਗੀ ਤੇ ਮੈਂ ਚਾਹੁੰਦੇ ਜੀ ਮਰ ਜਾਣਾ, ਜੁਗ ਜੁਗ ਜੀਵੇ ਜ਼ਿੰਦਗੀ ਤੇ ਮੈਂ ਚਾਹੁੰਦੇ ਜੀ ਮਰ ਜਾਣਾ, ਮੈਂ ਜਿਉਂਦੇ ਜੀ ਮਰ ਜਾਣਾ, ਤੂੰ ਮੈਥੋਂ ਦੂਰ ਹੋ ਜਾਣਾ ਤੈਨੂੰ ਗੈਰਾਂ ਨੇ ਲੈ ਜਾਣਾ, ਇਸ ਦੁੱਖ ਚੰਦਰੇ ਨੇ ਮੇਰੀ ਜ਼ਿੰਦਗੀ ਨੂੰ ਲੈ ਬਹਿ ਜਾਣਾ, ਦਿਲ ਬੜਾ ਰੋਇਆ ਏ ਹੰਝੂਆਂ ਦੀ ਮਹਿਫਲ ਚ ਤੇਰਾ ਨਾਮ ਜਾ ਹੋਇਆ ਏ, ਮੈਂ ਆਪਣਾ ਖੋਇਆ ਏ ਮੇਰਾ ਦਿਲ ਬੜਾ ਰੋਇਆ ਏ ਹੰਝੂਆਂ ਦੀ ਮਹਿਫਲ ਚ ਤੇਰਾ ਨਾਮ ਜਾ ਹੋਇਆ ਏ, ਮੈਨੂੰ ਆਦਤ ਪਾ ਕੇ ਸੱਜਣਾ ਤੂੰ ਕਿਸੇ ਹੋਰ ਦੀ ਆਦਤ ਬਣ ਜਾਣਾ, ਹੋਰ ਦੀ ਆਦਤ ਬਣ ਜਾਣਾ, ਤੂੰ ਮੈਥੋਂ ਦੂਰ ਹੋ ਜਾਣਾ ਤੈਨੂੰ ਗੈਰਾਂ ਨੇ ਲੈ ਜਾਣਾ, ਇਸ ਦੁੱਖ ਚੰਦਰੇ ਨੇ ਮੇਰੀ ਜ਼ਿੰਦਗੀ ਨੂੰ ਲੈ ਬਹਿ ਜਾਣਾ, ਤੂੰ ਮੈਥੋਂ ਦੂਰ ਹੋ ਜਾਣਾ ਤੈਨੂੰ ਗੈਰਾਂ ਨੇ ਲੈ ਜਾਣਾ, ਇਸ ਦੁੱਖ ਚੰਦਰੇ ਨੇ ਮੇਰੀ ਜ਼ਿੰਦਗੀ ਨੂੰ ਲੈ ਬਹਿ ਜਾਣਾ। ਤੂੰ ਇੱਥੇ ਕੀ ਕਰਦਾ? ਮੈਂ ਦੋ ਚਾਰ ਦਿਨ ਦੀ ਜ਼ਿੱਲਤ ਤਾਂ ਬਰਦਾਸ਼ਤ ਕਰ ਸਕਦਾ, ਪਰ ਆਪਣੀ ਭੈਣ ਦੀ ਅੱਖਾਂ ਚ ਹੰਝੂ ਨਹੀਂ ਬਰਦਾਸ਼ਤ ਕਰ ਸਕਦਾ। ਕਹਿਣਾ ਕਹਿਣਾ ਤੂੰ ਤੇਰੇ ਤੋਂ ਬਿਨਾਂ ਇਹ ਦਿਨ ਕਿਵੇਂ ਕੱਟੇ ਮੈਂ ਹੀ ਜਾਣਦੀ ਹਾਂ, ਸਾਹ ਘੱਟ ਆਉਂਦੇ ਸੀ ਤੇ ਹੋ ਕੇ ਬਾਅਦ ਤੇਰੇ ਤੋਂ ਬਿਨਾਂ ਸਾਹ ਲੈਣਾ ਤਾਂ ਦੂਰ ਦੀ ਗੱਲ ਆ, ਕਹਿਣਾ ਸਾਹ ਲੈਣ ਬਾਰੇ ਸੋਚਣਾ ਵੀ ਔਖਾ ਸੀ ਮੇਰੇ ਲਈ, ਉਹ ਕਰਨਾ ਮੈਨੂੰ ਖੋਣ ਨੂੰ ਆਉਂਦਾ, ਮੈਂ ਨਹੀਂ ਰਹਿਣਾ ਉੱਥੇ, ਜਗਤੇ ਜਗਤੇ ਮੈਨੂੰ ਕਿਤੇ ਲੈ ਚੱਲ ਪਲੀਜ਼ ਪਲੀਜ਼। ਤੂੰ ਫਿਕਰ ਨਾ ਕਰ, ਮੈਂ ਹੈਗਾ ਤੇਰੇ ਨਾਲ, ਆਪਾਂ ਸਭ ਕੁਝ ਛੱਡ ਕੇ ਚਲੇ ਜਾਣਾ। ਪਰ ਤੁਸੀਂ ਜਾਓਗੇ ਕਿੱਥੇ? ਹੁਣ ਤੁਸੀਂ ਆਪਣੀ ਰਿਸ਼ਤੇਦਾਰੀ ਤਾਂ ਜਾ ਨਹੀਂ ਸਕਦੇ, ਮੇਰੀ ਮੰਨੋ, ਮੇਰੇ ਨਾਨਕੇ ਚੱਲਦੇ ਆਪਾਂ। ਬਾਪੂ ਕਿਉਂ ਕਰੇਗੀ? ਮੈਂ ਕਿਹਾ ਜੀ ਗਹਿਣੇ ਤੇ ਪੈਸੇ ਵੀ ਗਾਇਬ ਨੇ।
SSP जे इज्जत मेरी ना रही ते नौकरी तेरी भी नहीं रहनी समझा पैसे है डबरू नू कच्चे ही समझता तू आ चक 400 रुपया मेरे को है पैसे है बैग भरी भर दी पैसा का अपने घर चाहे इन्हें दाने का भी नहीं भरना सी बंदा देख पूरा रंग सी नार कुड़ी सी आ बंदे देखा ध्यान देख जोड़ना पानी जगते अब बस कदो चलू तू फिक्र ना कर सब कुछ ठीक हो जूगा ओ भाई तोड़ ले बस बहुत टाइम हो गया हुण ता तोड़दा चाह पान तो बारी ते और बिठा ला छड़ देंगे ओदे मां-बाप आउणगे साइन करनगे ते ओनू भी छड़ देंगे तुसी इन्हां नू गड्डी तक छड्डो जाओ बेटा जी ओ थोड़ा तां थाना है जे असी नहीं मार सकदे तुसी मार दिओ ओ काका जी तुसी समझदे नहीं प्लीज सर ट्राई टू अंडरस्टैंड सर मेरिया भी कुछ लिमिटेशंस ने मैं ता पहला मर्डर केस भी बड़ा औखा हैंडल कीता सर तुहाडी रेपुटेशन पॉलिटिकल कैरियर मिनिस्ट्री सब कुछ प्रॉब्लम जा जाना सर बिलीव मी सर पुलिस कोल हर चीज दा हल हैगा है।
ਤੈਨੂੰ ਨਹੀਂ ਕਰ ਰਹੀ ਨਾਨਕੇ ਰਹੀ ਜਦੋਂ ਸਭ ਕੁਛ ਠੀਕ ਹੋ ਜੂ ਤਾਂ ਪਿੰਡ ਮੁੜ ਜੀ ਵਾਪਸ ਮੈਂ ਤਾਂ ਤੇਰੇ ਨਾਲ ਹੀ ਜਾਊਂਗਾ ਯਾਰ ਤੈਨੂੰ ਸਮਝ ਨਹੀਂ ਲੱਗਦੀ ਇੱਕ ਵਾਰੀ ਜਦ ਤੈਨੂੰ ਕੋਈ ਗੱਡੀ ਚ ਉਤਰ ਜਾ ਓਏ ਕਮਲਿਆ ਜੇ ਇਕੱਲਾ ਫੜਿਆ ਗਿਆ ਸ਼ਾਇਦ ਇਹਦੇ ਘਰ ਦੇ ਤੈਨੂੰ ਬਖਸ਼ ਵੀ ਦੇਣ ਉਹ ਜੇ ਸਾਡੇ ਨਾਲ ਫੜਿਆ ਗਿਆ ਤੈਨੂੰ ਮਾਰ ਦੇਣਗੇ ਯਾਰ ਗੱਡੀ ਚੋਂ ਤੈਨੂੰ ਮਾਰ ਦੇਣ ਯਾਰ ਮੈਂ ਤੈਨੂੰ ਇਕੱਲੇ ਨੂੰ ਨਹੀਂ ਛੱਡ ਸਕਦਾ ਕਿਉਂ ਨਹੀਂ ਸਮਝਦਾ ਯਾਰ ਤੂੰ ਮੈਂ ਤੇਰੇ ਨਾਲ ਹੀ ਜਾਊਂ ਬਾਹਰ ਨਿਕਲ ਗੱਡੀ ਚੋਂ ਨਹੀਂ ਬਾਹਰ ਨਿਕਲ ਯਾਰ ਨਹੀਂ ਡਮਰੂ ਮੈਂ ਇੱਕ ਯਾਰ ਗਵਾ ਚੁੱਕਾ ਮੈਂ ਤੈਨੂੰ ਨਹੀਂ ਗਵਾਉਣਾ ਚਾਹੁੰਦਾ ਪਿੰਡ ਮੁੜ ਜਾ ਯਾਰ
दूंगी। रुक जाओ, रुक जाओ। आजो भी आजो भाई साहब, डलहौजी आ गया, उतर आओ ना। यारे सारे अपने अलकाते देख रहे हैं। ओ तू टेंशन ना ले, तेनु कोई नहीं देख रहे, सारे तो ध्यान मेरे वाल है। ओ हेलो मिस इंडिया, जे तू मेनु सोहनी लगदी है ना, एदा मतलब ए नहीं हैगा तू इन्हां बुढ़िया नु भी सोहनी लगदी है। ओ तू ना सब छड़, तू ना परौंठा खा। हुँ।
सर कमरा मिल सकता है? सर आईडी प्रूफ है आपके पास? आईडी प्रूफ नहीं आया। सॉरी सर, बिना आईडी प्रूफ के हम रूम नहीं देते। देख लो सर, जो हो सकता है। सॉरी सर, थैंक यू। कमरा मिलिया? ये भी यही कहते कि बिना आईडी प्रूफ तो कमरा नहीं मिल सकता। इतने कोई होटल है का नेड़े? आ बिल्डिंग है, इसके पिछले पास ही होटल है। थैंक यू। कोई गल नहीं। मिलूगी, मौत भी मिलू, पर मिलूगो भूर दे सामने। पता तो लगे तो कसला कहने कि सानू नहीं पता मुर्खे घरे नहीं आया। आओ तेरा ऐसा हाल करूं वो तो बच्चा। डांग नहीं दी कहना। ठीक है तू? सोने के लिए तो हमारे पास भी काफी जगह है। दो दो पैक लगाएंगे, मस्ती करेंगे। क्या हुआ, हमारा ऑफर पसंद नहीं आया क्या? चलो गुस्सा, इतना गुस्सा, इतना पकड़ साले को, खड़े साले ऐसे नहीं मानेगा। क्या गन डाल रखा है? बातू चल, कृपासो नाम है मेरा, हॉलदार कृपासो। थाने लजा के पोली थाते ऐसे पट्टे मारूंगा मैं तेरे के सीधा लेटने को तरसेगा बेटा तू। चलो भाग जाओ यहाँ से के निकालू बंदूक, सारे पसली में मारूंगा कौली तेरे। चलो किने मुश्किल है कतीड़ थोड़ी। सर यह जे कुत्ते नुक्की मेरी रस्सी पाई दी है, मैनू चंगी तरह पता है। तुसी सच्ची पुलिस वाले हो? सुभाष चौक ते रेड़ी लांदा चाह आमलेट दी। ते फिर आ बंदूक जी। ओए जस्तवा है, एदा हैंडल टिल्ला हो गया सीगा, रिपेयर कराउन लाया सीगा इनू। बस नाती है ना रोना, वो बच गए हैं। हाँ सर, कुछ नहीं हुआ। तेरी कमाल है जवाना, है एनी रात नू इस कुड़ी नू लेके इत्थे खड़ा है, की चक्कर है थोड़ा दसो है? अच्छा अच्छा अच्छा, समझ गया समझ गया, प्यार दा चक्कर है क्योंकि ये बारे उड़ के आई है इत्थे। चलो कोई गल नहीं, कृपा सिंह दे दिल ते घर विच प्यार करन वाले वास्ते बहुत था। चलो आजो मेरे घर।
ਓਏ ਆ ਜਾਓ ਹੁਣ ਕਿ ਬਾਜਾ ਬਜਾਵਾ ਤੁਹਾਡੇ ਮੂਹਰੇ ਆ ਜਾਓ ਆ ਜਾਓ ਪਿਆਰ ਦੋ ਤਰ੍ਹਾਂ ਦਾ ਹੁੰਦਾ ਕਾਕੇ ਹਕੀਕੀ ਤੇ ਮਜਾਜੀ ਸਵਰਨ ਕੌਰ ਨਾਲ ਮੇਰਾ ਹਕੀਕੀ ਪਿਆਰ ਸੀਗਾ ਹੋਏ 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 ਬੇਸ਼ੱਕ ਹਕੀਕੀ ਪਿਆਰ ਦੇ ਵਿੱਚ ਅੜਚਣਾ ਬਹੁਤ ਹੁੰਦੀਆਂ ਪੈਰ ਪੈਰ ਤੇ ਠੋਕਰਾਂ ਵੀ ਹੁੰਦੀਆਂ ਉਹ ਸੰਭਲ ਕੇ ਹੁਣੇ ਤੈਨੂੰ ਦੱਸਿਆ ਸੀ ਨਾ ਕਿ ਠੋਕਰਾਂ ਬਹੁਤ ਹੁੰਦੀਆਂ ਸੰਭਲ ਕੇ ਤੁਰਨਾ ਪੈਂਦਾ ਇਹ ਆ ਗਿਆ ਆਪਣਾ ਘਰ ਆ ਜਾਓ ਵਾਹਿਗੁਰੂ 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 ਲੋ ਜੀ ਆ ਹੈ ਕਿਰਪਾ ਸਿੰਘ ਦਾ ਛੋਟਾ ਜਿਹਾ ਮਹਿਲ ਆ ਜਾਓ ਲੰਘਿਆ ਬਹਿ ਜਾਓ ਇਹ ਚੱਕ ਲਓ ਕੱਪੜੇ ਜੇ ਇੱਧਰ ਰੱਖਦਾ ਬੈਠੋ ਬਹਿ ਜਾਓ ਇੱਥੇ ਬਹਿ ਜਾਓ ਉਹ ਹਾਂ ਸੱਚ ਉਹ ਮੇਰੇ ਪਿਆਰ ਵਾਲੀ ਗੱਲ ਤਾਂ ਵਿੱਚ ਹੀ ਰਹਿ ਗਈ ਸਵਰਨੀ ਦੀ ਰਿਸ਼ਤੇਦਾਰੀ ਸੀ ਫਗਵਾੜੇ ਸਾਡੇ ਗੁਆਂਢ ਚ ਜਦੋਂ ਮੈਂ ਪਹਿਲੀ ਵਾਰ ਉਹਨੂੰ ਦੇਖਿਆ ਨਾ ਤਾਂ ਉਹ ਆਪਣੇ ਕੋਠੇ ਤੇ ਕੱਪੜੇ ਸੁੱਕਣੇ ਪਾਉਣ ਆਈ ਸੀ ਪਹਿਲੀ ਤੱਕਣੀ ਚ ਮਰ ਜਾਣੀ ਨੇ ਦਿਲ ਕੱਟ ਲਿਆ ਮੇਰਾ ਕੱਪੜਿਆਂ ਦੇ ਨਾਲ ਮੈਨੂੰ ਵੀ ਸੁੱਕਣੇ ਪਾ ਗਈ ਵੈਸੇ ਅੰਕਲ ਜੀ ਇੱਕੋ ਹੀ ਕਮਰਾ ਇੱਥੇ ਵਿੱਚ ਨਾ ਬੋਲਿਆ ਕਰ ਅੱਛਾ ਪਹਿਲਾਂ ਮੇਰੀ ਗੱਲ ਪੂਰੀ ਹੋ ਲੈਣ ਦੇ ਕੰਮ ਕਰ ਕੋਈ ਸੀ ਨੀ ਮੇਰੇ ਕੋਲ ਉਹਦੇ ਪਿਓ ਨੇ ਕਿਸੇ ਹੋਰ ਥਾਂ ਪੱਕਾ ਕਰਤਾ ਉਹਦਾ ਵਿਆਹ ਵੈਸੇ ਕੌਣ ਕੌਣ ਰਹਿੰਦਾ ਜੀ ਇੱਥੇ ਇਹ ਗੱਲ ਦੱਸਾਂ ਮੈਂ ਤੈਨੂੰ ਜੇ ਕੁੜੀ ਤੈਨੂੰ ਪਿਆਰ ਨਾ ਕਰਦੀ ਹੁੰਦੀ ਤਾਂ ਮੈਂ ਤੈਨੂੰ ਹੁਣੇ ਹੀ ਪੰਜਾਬ ਦੀ ਬੱਸੇ ਚੜਾ ਦੇਣਾ ਸੀ ਉਹ ਪਤੰਦਰਾ ਮੇਰੀ ਗੱਲ ਤਾਂ ਪੂਰੀ ਹੋ ਲੈਣ ਦੇ ਐਵੇਂ ਵਿੱਚ ਟੋਕੀ ਜਾਂਦਾ ਉਹ ਪਰ ਜਗਦੀ ਚੁੱਪ ਕਰ ਸਵਰਨੀ ਮੈਨੂੰ ਕਹਿੰਦੀ ਰਹੀ ਕਿ ਮੈਨੂੰ ਨਾਲ ਲੈ ਚੱਲ ਪਰ ਮੈਂ ਇਹੀ ਸੋਚ ਕੇ ਪਿੱਛੇ ਹਟ ਗਿਆ ਕਿ ਆਪਣੀ ਰੋਟੀ ਤਾਂ ਜੁੜਦੀ ਨੀ ਉਹਦਾ ਢਿੱਡ ਕਿਵੇਂ ਭਰੂੰਗਾ ਉਸ ਵੇਲੇ ਮੇਰੇ ਦਿਮਾਗ ਚ ਇਹ ਗੱਲ ਨਹੀਂ ਆਈ ਕਿ ਗੁਰੂ ਮਹਾਰਾਜ ਨੇ ਜੇ ਸੱਚਾ ਪਿਆਰ ਬਖਸ਼ੀ ਦਿੱਤਾ ਹੈ ਤਾਂ ਕੀ ਉਹ ਰੋਟੀਆਂ ਦੀ ਕਮੀ ਰੱਖੂਗਾ ਅੰਕਲ ਜੀ ਅਸੀਂ ਵੀ ਨਾ ਇੱਕ ਦੂਜੇ ਨਾਲ ਸੱਚਾ ਪਿਆਰ ਕਰਦੇ ਹਾਂ ਇਹ ਤਾਂ ਮੈਂ ਦੇਖਦੇ ਸਾਰੇ ਸਮਝ ਗਿਆ ਸੀਗਾ ਧੀਏ ਇੱਕ ਗੱਲ ਹੋਰ ਪੁੱਛਾਂ ਪੁੱਛ ਤੁਸੀਂ ਇਸੇ ਕਮਰੇ ਚ ਪੈਣੇ ਨਹੀਂ ਹਿਮਾਚਲ ਦੇ ਚੀਫ ਮਿਨਿਸਟਰ ਨੇ ਮੇਰੇ ਵਾਸਤੇ ਗੈਸਟ ਹਾਊਸ ਬੁੱਕ ਕੀਤਾ ਹੋਇਆ ਹੈ ਜੰਗਲ ਚ ਉਹ ਪਤੰਦਰਾ ਇੱਥੇ ਹੀ ਪੈਣਾ ਹੋਰ ਕਿੱਥੇ ਪੈਣਾ ਮੈਂ ਇਹ ਵੀ ਪੁੱਛਣ ਵਾਲੀ ਗੱਲ ਹੈ ਕੋਈ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਮੈਂ ਰੇੜੀ ਲਾਂਦਾ ਇਹ ਕਮਰਾ ਸਾਰਾ ਦਿਨ ਤੇਰੇ ਕੋਲ ਹੀ ਰਹਿਣਾ ਬੀਜ ਲਈ ਜਿਹੜੀ ਮੱਕੀ ਬੀਜਣੀ ਹੈ ਤੂੰ ਇੱਕ ਸਵਾਲ ਹੋਰ ਪੁੱਛਾਂ ਪੁੱਛ ਪਰ ਸੋਚ ਸਮਝ ਕੇ ਪੁੱਛੀ ਇਸ ਘਰ ਦੇ ਵਿੱਚ ਇਹ ਤੇਰਾ ਆਖਰੀ ਸਵਾਲ ਹੋ ਸਕਦਾ ਪੁੱਛ ਮੈਂ ਤਾਂ ਇਹੀ ਪੁੱਛਣਾ ਸੀ ਕਿ ਤੁਸੀਂ ਫਗਵਾੜਾ ਛੱਡ ਕੇ ਦਲੌਜੀ ਕਿਉਂ ਆ ਗਏ ਜਿੱਥੇ ਯਾਰ ਪਹਿਲੀ ਵਾਰ ਮਿਲਿਆ ਹੋਵੇ ਨਾ ਉਹ ਥਾਂ ਕਿਸੇ ਮੰਦਿਰ ਮਸਜਿਦ ਤੋਂ ਘੱਟ ਨਹੀਂ ਹੁੰਦੀ ਤੇ ਰੱਬ ਦੇ ਘਰ ਮੱਥਾ ਟੇਕਣ ਚਾਹੀਦਾ ਰਹਿਣ ਵਾਸਤੇ ਨਹੀਂ ਸ਼ਾਬਾਸ਼ ਜਾ ਸੋ ਜਾ ਰਾਤ ਬਹੁਤ ਹੋ ਗਈ ਹੈ ਠੀਕ ਹੈ ਜੀ
हेलो हेलो बेबे बेबे जगता बोलना जगता जगता की किता पत तू ये संताप नालो तो अपने हत्थी सादा गल कट देता की होया बेबे तुसी ठीक हो चौपड़ किता बापू की में आ बापू ठीक है ठीक ही समझ महले दे बंदे तेरे प्यो नु कुट के गया मामा तोड़ दित्तिया होनिया ये समझ ला बस साई चल दिया हूं तो मैं पिंड आ रहा बेबे तू फिक्र ना कर तू पिंड वापस ना आवी नहीं बेबे मैं पिंड आना पिया तू मेरा मरी दा मुंह वेखे जे पिंड वापस आवे तो एमएलए दा मुंडा तो तेनू कम ले आवा के लभदा फिरदा जिस राह ते तू तुर पिया ना हो राह वापस पिंड वाले नु नहीं आंदे इज्जत तो चली गई है वेखी किते जान भी ना चली जावे जिस रिश्ते दी बाहड़ी है ना पुत ओनु हिम्मत नाल नभा पिंड आन दी गलती ना करी पता नहीं लोग इत्थे किवें रहिंदे आ बाथरूम इन्ना गंदा पानी इन्ना ठंडा हुण तां मैनूं भुख भी लग रही है जगते चाह नूं किन्ना टाइम है थैंक यू की होया जगते की होया कुछ नहीं मैं ना प्यार कर दिया तेनू तू मेरे तो कुछ नहीं लगो सकता दस मैनू की होया कुछ नहीं होया मैं ठीक हूं ते मैं काम लभन चलिया शाम तक वापस आ जाऊंगा तू अपना ख्याल रखी ठीक है ना जा तेरे बिना ना मेरा बिल्कुल भी दिल नहीं लगता एमपी साहब ये थोड़ियां सरकारां नहीं हैगी अपना घर है ते जे मैं काम ते ना गया ते आपां रोटी कितना खावांगे समझा कर जा लैण दे मैनूं नहीं ना जा क्यों नहीं समझता तू आला फोन ये अपना ख्याल रखी मैं शामी जल्दी मुड़े आऊंगा ठीक है पक्का पक्का चलदा मैं वो एने बाल बधाए हैं केश नखार दी मशहूरी चांदा तू आ लो भाई साहब थोड़ा दो अंडियां दा आमलेट आ गई बिरे चाह भी आ गई तेनू देख के तो ऐ लगता है के आशकी तो अलावा तू जिंदगी च कीता ही कख नहीं होर करां की जी मैं
ਬਿਨਾਂ ਕੰਮ ਤੋਂ ਤਾਂ ਵੈਸੇ ਵੀ ਮੈਂ ਕਿਸੇ ਕੰਮ ਦਾ ਨਹੀਂ ਹੈਗਾ। ਨਾਲੇ ਆ ਦੁਕਾਨ ਵਾਲੇ ਸਾਰੇ ਕਹਿੰਦੇ ਕਿ ਅਸੀਂ ਕਿਸੇ ਬਾਹਰਲੇ ਨੂੰ ਕੰਮ ਨਹੀਂ ਦਿੰਦੇ। ਤੁਸੀਂ ਸਾਡੀ ਇੰਨੀ ਮਦਦ ਕੀਤੀ ਹੈ ਜੀ, ਕੋਈ ਕੰਮ ਹੀ ਦੇ ਦਿਓ ਜੀ। ਉਹ ਮੈਂ ਕੈਂਚੀ ਚੱਪਲਾਂ ਦੀ ਫੈਕਟਰੀ ਖੋਲੀ ਹੈ ਜਿਹਦਾ ਤੈਨੂੰ ਕੋਈ ਵੀ ਕੰਮ ਦੇ ਦਿਆਂ। ਉਹ ਚਾਹ ਨਹੀਂ ਆਈ ਜੀ? ਉਹ ਆ ਗਈ ਚਾਹ ਯਾਰ, ਇੱਕ ਮਿੰਟ ਰੁਕ ਵੀ ਜਾਇਆ ਕਰ, ਮੇਰੇ ਤਾਂ ਸਕੂਟਰ ਤੇ ਵੀ ਬੈਠਣ ਨੂੰ ਕੋਈ ਥਾਂ ਨਹੀਂ ਹੈ। ਸਕੂਟਰ ਤੇ ਬਹਿ ਕੇ ਮੈਂ ਕਰਨਾ ਕੀ ਹੈ ਜੀ, ਮੈਂ ਤਾਂ ਤੁਹਾਡੇ ਪਿੱਛੇ ਤੁਰ ਕੇ ਆ ਜਾ ਕਰੂੰ। ਓਏ ਇਹ ਦੁਕਾਨਦਾਰੀ ਦਾ ਕੰਮ ਹੈ, ਮੈਂ ਕੋਈ ਰਿਸਕ ਨਹੀਂ ਲੈ ਸਕਦਾ। ਇਹ ਮੈਗੀ ਆਮਲੇਟ ਤਾਂ ਮੈਂ ਆਪ ਹੀ ਬਣਾਊਂਗਾ, ਰੇੜੀ ਤੇ ਤੈਨੂੰ ਕੋਈ ਹੋਰ ਕੰਮ ਲੱਭਦਾ ਤਾਂ ਲੱਭ ਲੈ। ਆ ਫੜ ਚਾਹ, ਇੰਨਾ ਕਾਲਾ ਹੈ ਕਾਕੀ ਤੂੰ, ਲਿਆਓ ਜੀ। ਸਾਈ ਨਹੀਂ ਲੈਂਦਾ, ਠੰਡਾ ਤਾਂ ਫਿਰ ਕੀ ਹੋ ਗਿਆ। ਉਹ ਭਾਂਡੇ ਪਾਉਂਦੇ ਕਿ ਤੂੰ? ਔਖਾ ਸਮਾਂ ਚੱਲਦਾ ਅੰਕਲ ਜੀ, ਜੇ ਅੱਜ ਭਾਂਡੇ ਮੈਂ ਨਾ ਮਾਂਜੇ, ਸਮੇਂ ਨੇ ਮੈਨੂੰ ਮਾਂਜ ਦੇਣਾ। ਹੱਥ ਜੋੜਦਾ ਜੀ ਤੁਹਾਡੇ ਅੱਗੇ, ਮੈਨੂੰ ਕੋਈ ਵੀ ਕੰਮ ਦੇ ਦਿਓ, ਮੈਂ ਕੁਛ ਵੀ ਕਰਨ ਨੂੰ ਤਿਆਰ ਹਾਂ। ਦੋ ਅੰਡੇ ਭੈਣ ਛੇਤੀ, ਸੱਚੀ ਚੱਲ ਛੇਤੀ ਕਰ। ਹਾਂਜੀ, ਕੌਣ ਬੋਲਦਾ? ਹੈਲੋ, ਮੇਰੀ ਸਰਦਾਰਨੀ ਕਿੱਦਾਂ? ਠੀਕ ਆ। ਅੱਛਾ, ਕੰਮ ਮਿਲਿਆ? ਕੰਮ ਦੀ ਫਿਕਰ ਨਾ ਕਰ, ਕੰਮ ਮਿਲ ਗਿਆ ਮੈਨੂੰ, ਜਮਾ ਫਿਕਰ ਨਾ ਕਰ। ਤੂੰ ਕੁਛ ਖਾਧਾ? ਉਹ ਮੈਂ ਤੈਨੂੰ ਪੁੱਛਦਾ, ਖਾਧਾ ਕੁਛ? ਕੋਸ਼ਿਸ਼ ਕੀਤੀ ਸੀ ਪਰ ਨਾਕਾਮ ਹੋ ਗਈ ਕੋਸ਼ਿਸ਼। ਹੈ ਨਾ, ਚੱਲ ਤੂੰ ਆ, ਮੈਂ ਬਣਾਉਣਾ ਤੇਰੇ ਵਾਸਤੇ ਕੁਛ ਨਾ ਕੁਛ। ਇੱਕ ਮਿੰਟ ਚ ਆ ਗਿਆ ਬਸ ਬਣਾ ਕੇ। ਪੱਕਾ? ਹਾਂ ਹਾਂ, ਫਿਕਰ ਨਾ ਕਰ ਤੂੰ। ਆ ਲੈ ਬਣ ਗਏ ਚੌਲ। ਦੱਸੀ ਕਿਵੇਂ ਬਣੇ ਆ? ਕੀ ਹੋਇਆ? ਕੁਛ ਕੁਛ ਐ ਕੀ ਹੋਇਆ? ਛਾਲੇ ਕਿਉਂ ਪੈ ਗਏ? ਉਹ ਕੁਛ ਨੀ, ਸਵੇਰੇ ਹੱਥ ਸੜ ਗਏ ਸੀ, ਅੰਕਲ ਨਾਲ ਕੰਮ ਕਰਦਾ ਪਿਆ ਸੀ ਰੇੜੀ ਤੇ, ਕੁਛ ਨੀ ਹੋਇਆ, ਤੂੰ ਫਿਕਰ ਨਾ ਕਰ। ਰੇੜੀ ਤੇ ਚੱਕੇ? ਤੂੰ ਰੇੜੀ ਤੇ ਕੰਮ ਕਰੇਗਾ? ਪੈਸੇ ਦੀ ਨਾ, ਤੂੰ ਬਿਲਕੁਲ ਫਿਕਰ ਨਾ ਕਰ, ਮੈਂ ਬਹੁਤ ਮਿਹਨਤ ਕਰੂੰਗਾ।
बहुत सारा पैसा इकट्ठा करूंगा मैं। तू फिक्र ना कर, चल रोटी खा। ओए हुण तेनू अंग्रेजी च समझावा, चल रोटी खा। मैं नहीं खानी रोटी। चल फिर खवा दे, भुख बहुत लगी है। चल रोटी खा। पहला तू खा, चल खा फटाफट। ठीक है, मैं सोच लिया, मैं भी काम करांगी, असी असी इकट्ठे मिलके पैसे कमावांगे। हाँ, पर मैनू तां कोई काम ही नहीं आंदा। कोई गल नहीं कुड़िए, कोई गल नहीं, फिकर ना कर, तेरे वास्ते है एक नौकरी मेरे दिमाग नाले, ओना नाल मेरी पुरानी जान पछाण है। हाँ सदके जावा, थोड़ी यही जी जान पछाण दे, मेरी बार जान पछाण किथे गई सी थोड़ी, मेनू तां कोई नौकरी दवानी हुई थोड़े तो। पारख नजर है काका, पारख नजर, मिंट च पछाण लीदा कि बंदे दे पल्ले की है। ओ इधर फड़ा। चबड़ चबड़ गल्ला मारता है, कुड़ी तो कुछ सीख ही ले, कमाल ने बनाया दाल चौल। आ दाल चौल दास ने बनाया, थोड़ी धी ने नहीं बनाए। ताही कहा भी दाल च रोड़कू जे क्यों आई जा रहे, चोगी नहीं होनी चंगी तरह। चलो कोई गल नहीं, सार लांगे, नौकरी पक्की है तेरी पुत, हाँ पक्की। सर थोड़ी बहुत मेहरबानी, तुसी मेनू टाइम देता, कुड़ी नु नौकरी दी बहुत जरूरत है सर। इट्स ओके, हाय आई एम रजत भाटिया, मैनेजर ऑफ दिस होटल। तुसी कौन? मैं नाल हां जी। इंटरव्यू तेना दी है ना, सो तुसी बाहर वेट करो, प्लीज हैव अ सीट। सर बाहर? हां जी हां जी, तुसी दोनों बाहर वेट करो। आ जा। अच्छा जी, सत श्री अकाल। हां जी, मे हैव योर इंट्रोडक्शन प्लीज। जी मेरा नाम कायना तिल्लो है, ते मैं ग्रेजुएशन कर रही हूँ। हेलो पानी। आ हुंदा जी चंगी जान पछाण दा फायदा, चाह पानी टाइम सिर ही मिल जांदा। बेटा फिर तो चंडा ना खा ली तू। हाँ जॉब मिल गई। देखे मेरी जान पछाण फिर होती है जान पछाण। ओ मेरा बच्चा। चलो ये चंगा किया तुसी, जेड़ा ये ला लिया ना। ओ मैं ता जी आप पर्दे जे लाई जांदा सी, मैनू पता जो तू ला रहा सी। चलो मैं भी चैन नाल पै जूंगा। सो जो हुण, मैनू भी सोण दियो, गल्लां ही नहीं मुकदियां इन्हां दी।
ਬੱਲੀ ਕੀ ਹੋਇਆ? ਪੁੱਤ ਭੈਣ ਭਰਾ ਦਾ ਰਿਸ਼ਤਾ ਏਦਾਂ ਨੀ ਟੁੱਟਦਾ ਹੁੰਦਾ। ਟੋੜ ਤਾਂ ਉਦਣ ਹੀ ਗਈ ਸੀ ਦੇਦੇ, ਹੁਣ ਤਾਂ ਮੈਂ ਇਹ ਸੁੱਖਾਂ ਸੁੱਖਦਾ ਕਿ ਦੁਬਾਰਾ ਕਿਤੇ ਮੇਰੀ ਭੈਣ ਬਣ ਕੇ ਨਾ ਜਾਂਦੀ। ਤੁਸੀਂ ਕੁਛ ਸਮਝਣ ਦੀ ਕੋਸ਼ਿਸ਼ ਕਰੋ, ਇਹ ਧੀ ਹੈ ਆਪਣੀ, ਬੱਚਿਆਂ ਤੋਂ ਗਲਤੀਆਂ ਤਾਂ ਹੋ ਹੀ ਜਾਂਦੀਆਂ ਨੇ। ਗਲਤੀ ਤੇ ਗੁਨਾਹ ਦੇ ਵਿੱਚ ਬੜਾ ਫਰਕ ਹੁੰਦਾ। ਸਰ ਹੋ ਗਈ ਕਾਰਵਾਈ ਪੂਰੀ? ਹਾਂਜੀ ਹਾਂਜੀ ਹੋ ਗਈ। ਮੁਬਾਰਕਾਂ, ਬਹੁਤ ਬਹੁਤ ਮੁਬਾਰਕਾਂ। ਜਿਉਂਦੇ ਰਹੋ, ਜਿਉਂਦੇ ਰਹੋ। ਗੁਰੂ ਮਹਾਰਾਜ ਹਮੇਸ਼ਾ ਤੁਹਾਨੂੰ ਸੁਖੀ ਰੱਖੇ। ਹੁਣ ਇਕੱਲੇ ਫੁੱਲਾਂ ਨਾਲ ਹੀ ਸਾਰਨਾ ਜੀ, ਸ਼ਗਨ ਸ਼ਗਨ ਵੀ ਪਾ ਦਿੰਦੇ ਮਾੜਾ ਜਿਹਾ। ਜਿਹੇ ਜੇ ਤੇਰੇ ਲੱਛਣ ਹੈ ਨਾ, ਤੈਨੂੰ ਸ਼ਗਨ ਨਹੀਂ, ਤੇਰੇ ਚੰਡਾ ਪੈਣੀਆਂ ਚਾਹੀਦੀਆਂ। ਆਇਆ ਵੱਡਾ ਸ਼ਗਨਾ ਵਾਲਾ, ਆ ਫੜ ਸ਼ਗਨ ਲਿਓ। ਉਹ ਤੈਨੂੰ ਨੀ ਆਪਣੀ ਧੀ ਨੂੰ ਦਾਂਗਾ, ਆ ਫੜ ਕੁੜੀਏ। ਉਹ ਜਿਉਂਦੀ ਰਹਿ ਮੇਰਾ ਬੱਚਾ, ਜਿਉਂਦੀ ਰਹਿ। ਹੁਣ ਝਾਂਕਦਾ ਹੀ ਰਹੇਗਾ ਕਿ ਫੋਟੋ ਵੀ ਖਿਚਾਏਗਾ? ਚੱਲ ਫੋਟੋ ਖਿਚਾ। ਹੈਲੋ, ਹੈਲੋ, ਕੌਣ? ਕੋਈ ਬੋਲ ਹੀ ਨਹੀਂ ਰਿਹਾ। ਹੈਲੋ ਮਮਾ। ਕਾਇਨਾਤ, ਤੂੰ ਕਿੱਥੋਂ ਬੋਲ ਰਹੀ ਹੈ ਪੁੱਤ? ਇੰਨੇ ਸਾਲਾਂ ਬਾਅਦ ਖਿਆਲ ਆਇਆ ਤੈਨੂੰ ਮਾਂ ਦਾ? ਨਹੀਂ, ਖਿਆਲ ਤਾਂ ਰੋਜ਼ ਆਉਂਦਾ, ਪਰ ਫੋਨ ਕਰਨ ਦਾ ਹੌਸਲਾ ਅੱਜ ਆਇਆ। ਤੁਸੀਂ ਬਹੁਤ ਨਾਰਾਜ਼ ਹੋ ਨਾ ਮੇਰੇ ਨਾਲ। ਹੁਣ ਵੀ ਨਾ ਰੋਜ਼ ਤੇਰੇ ਕਮਰੇ ਦੀ ਸਫਾਈ ਕਰਵਾਨੀ ਆ ਮੈਂ। ਜਦੋਂ ਕਦੇ ਆਪਣੇ ਲਈ ਕੱਪੜੇ ਖਰੀਦੀ ਆ ਨਾ, ਸਭ ਤੋਂ ਪਹਿਲਾਂ ਤੇਰੇ ਲਈ ਸੂਟ ਲੈਣੀ ਆ। ਅੱਜ ਵੀ ਲੌਂਜ ਚ ਬੈਠ ਕੇ ਤੇਰੀ ਪਸੰਦ ਦੀ ਬਲੈਕ ਕਾਫੀ ਪੀਂਦੀ ਆ, ਤੇ ਹਰ ਸੰਡੇ ਤੇਰਾ ਬੋਡੀ ਵੀ ਸਾਫ ਕਰਵਾਉਣੀ। ਮੰਮਾ, ਮੰਮਾ, ਤੁਹਾਨੂੰ ਪਤਾ, ਤੁਹਾਨੂੰ ਪਤਾ ਮੇਰਾ ਮੇਰਾ ਇੱਕ ਬੇਟਾ ਵੀ ਹੈ। ਮੰਮਾ, ਮੰਮਾ, ਇੱਕ ਸੈਕਿੰਡ, ਮੈਂ ਤੁਹਾਡੀ ਨਾ ਗੱਲ ਕਰਵਾਨੀ ਹੈ। ਇੱਕ ਸੈਕਿੰਡ, ਜਗਤੇ ਹਰਮਨ ਨੂੰ ਲਿਆਈ? ਇੱਕ ਸੈਕਿੰਡ ਮੰਮਾ, ਛੇਤੀ। ਹਾਂ ਹਾਂ, ਆ ਗਿਆ। ਬਹੁਤ ਨਾਨੀ, ਨਾਨੀ, ਨਾਨੀ ਨਾਲ ਗੱਲ ਕਰੋ। ਹੈਲੋ, ਹੈਲੋ, ਬੋਲੋ। ਹੈਲੋ, ਉਹ ਮੇਰਾ ਬੱਚਾ, ਬੋਲ ਬਤਾ। ਮਮਾ, ਤੁਸੀਂ ਆਵਾਜ਼ ਸੁਣੀ? ਮਮਾ, ਤੁਸੀਂ ਸਭ ਕੁਝ ਦੁਬਾਰਾ ਠੀਕ ਨਹੀਂ ਕਰ ਸਕਦੇ? ਕਰ ਦੋ ਨਾ ਮਮਾ, ਮੈਨੂੰ ਪਤਾ ਤੁਸੀਂ ਸਭ ਕੁਝ ਦੁਬਾਰਾ ਠੀਕ ਕਰ ਸਕਦੇ ਹੋ, ਮੈਨੂੰ ਪਤਾ ਮਮਾ। ਹੈਲੋ ਮਮਾ, ਮਮਾ।
ਚਾਕਲੇਟ ਖਾਏਗਾ ਇੰਨੀ ਸਾਰੀ ਚਾਕਲੇਟ ਲੈ ਕੇ ਦਾਂਗਾ ਆਪਣੇ ਪੁੱਤ ਤੁਹਾਨੂੰ ਕਿੰਨੀ ਵਾਰੀ ਕਿਹਾ ਕਿ ਇਹਨੂੰ ਰੋਜ਼ ਰੋਜ਼ ਚਾਕਲੇਟ ਨਾ ਦਿਆ ਕਰੋ ਡੰਨ ਸੜ ਜਾਣੇ ਉਹ ਕੁੜੀਏ ਦਾਦੇ ਪੋਤੇ ਦੀਆਂ ਗੱਲਾਂ ਤੂੰ ਵਿੱਚ ਨਾ ਬੋਲਿਆ ਕਰ ਮੇਰੇ ਪੁੱਤ ਕਿੱਡਾ ਸੋਹਣਾ ਹੈ ਇੰਨੀ ਸਾਰੀ ਚਾਕਲੇਟ ਲੈ ਕੇ ਦਾਂਗਾ ਸ਼ੈਤਾਨ ਜਿਹਾ ਹੁਣੇ ਲੈ ਕੇ ਆਇਆ ਮੈਂ ਆਜੋ ਜੀ ਆਜੋ ਇੰਨੀ ਸਾਰੀ ਚੀਜ਼ੀ ਖਾਏਗਾ ਮੇਰਾ ਬੱਚਾ ਹਾਲ ਨੇ ਤੇਰੇ ਕਾ ਨਾਲ ਬੱਲੀ ਵੀਰ ਕਿਵੇਂ ਆ ਤੂੰ 5 ਸਾਲ ਹੋ ਗਏ ਜਮਾ ਹੀ ਨੀ ਬਦਲੀ ਹੈ ਜੀ ਭਾਜੀ ਹੁਣ ਭਾਈ ਆਇਆ ਤੇਰਾ ਬਾਹਰ ਹੀ ਕਢਾਈ ਰੱਖੇਂਗੇ ਕਿ ਅੰਦਰ ਵੀ ਲੈ ਕੇ ਜਾਏਂਗੇ ਕਮਾਲ ਕਰਦੀ ਹੈ ਹੈਂ ਆ ਜਾ ਅੰਦਰ ਆ ਵੀ ਆ ਆ ਜਾ ਗਿਫਟ ਦਿੱਤਾ ਘਰ ਤੈਨੇ ਤੇਰੇ ਲਈ ਫੜਾਓ ਬਈ ਜਿਉਂਦੇ ਵਸਦੇ ਮੈਂ ਹੁਣੇ ਗਿਫਟ ਰੱਖ ਕੇ ਆਈ ਪਾਣ ਜਾ ਬਈ ਬੜਾ ਸੋਹਣਾ ਬਈ ਪਾਣੀ ਅੱਛਾ ਇਹ ਸਾਡਾ ਭਾਣਜਾ ਹੈ ਹਾਂ ਕੀ ਨਾਮ ਰੱਖਿਆ ਤਾ ਹਰਮਨ ਸੋਹਣਾ ਨਾ ਇਹਨੇ ਮੇਰੇ ਤੇ ਜਾਣਾ ਵੇਖ ਲੀ ਮੰਮੀ ਪਾਪਾ ਕਿਵੇਂ ਵੀਰੇ ਵਧੀਆ ਸਾਰੇ ਤੈਨੂੰ ਯਾਦ ਕਰਦੇ ਸੀ ਅੱਛਾ ਤੇ ਹੋਰ ਤੁਹਾਡਾ ਹੱਥ ਕਿਵੇਂ ਹੱਥ ਬਿਲਕੁਲ ਠੀਕ ਹੈ ਹੁਣ ਤਾਂ ਮੈਂ ਤੁਹਾਡੀ ਫੇਵਰੇਟ ਕਾਫੀ ਲੈ ਕੇ ਆਉਂਦੀ ਹਾਂ ਓ ਭੁੱਲੀ ਨਹੀਂ ਹਾਲੇ ਤੂੰ ਹੈ 5 ਸਾਲ ਹੋ ਗਏ ਪੀਤੀ ਨਹੀਂ ਹੁਣ ਪੀਵਾਂਗੇ ਸਾਰੇ ਪੀਵਾਂਗੇ ਠੀਕ ਹੈ ਮੈਂ ਤੈਨੂੰ ਕਿਹਾ ਸੀ ਨਾ ਕਿ ਸਭ ਕੁਝ ਠੀਕ ਹੋ ਜਾਣਾ ਜਗਤ ਅੱਜ ਮੈਂ ਬਹੁਤ ਖੁਸ਼ ਹਾਂ ਹਾਏ ਸੱਚੀ ਤੂੰ ਇੱਕ ਕੰਮ ਕਰ ਤੂੰ ਵੀਰੇ ਨੂੰ ਮਿਲ ਲੈ ਮੈਂ ਕਾਫੀ ਲੈ ਕੇ ਆਉਂਦੀ ਹਾਂ ਹਾਂ ਮੈਂ ਵੀਰੇ ਨੂੰ ਮਿਲਦਾ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਕੀ ਹਾਲ ਹੈ ਜੀ ਆ ਵੀ ਕੀ ਹਾਲ ਹੈ ਵਧੀਆ ਜੀ ਕੀ ਹਾਲ ਹੈ ਜੀ ਸੋਹਣਾ ਘਰ ਆਵੇ ਤੇਰਾ ਧੰਨਵਾਦ ਜੀ ਗਰਮੀਆਂ 'ਚ ਇੱਥੇ ਰਿਹਾ ਕਰਾਂਗੇ ਜ਼ਰੂਰ ਜੀ ਬਿਲਕੁਲ ਸਹੀ ਆਖਿਆ ਜੀ ਹਨਾ ਠੰਡੇ ਲੱਗਦਾ ਸਵਾਦ ਹੀ ਹੋਰ ਲਓ ਕਾਫੀ ਪੀਓ ਅਸੀਂ 1 ਮਿੰਟ 'ਚ ਆਏ ਹਾਂ ਹਾਂ ਜਾਓ ਜੀ ਸੋ ਕੋਈ ਚਾਦਰਾ ਚੰਨਾ ਲਾਉਣਾ ਹੈ ਪੀ ਲਈ ਬੈਠਾ ਬਦਲੇ ਹਟਵਾਣੇ ਆ ਵੇਖੋ ਮੰਮੀ ਪਾਪਾ ਨੇ ਤੁਹਾਡੇ ਲਈ ਨੀਲਾ ਕੁਰਤਾ ਪਜਾਮਾ ਭੇਜਿਆ ਸੋਹਣਾ ਹੈ ਨਾ ਬਹੁਤ ਸੋਹਣਾ ਤੇ ਹਰਮਨ ਵਾਸਤੇ ਇਹ ਖਿਡੌਣਾ ਹੈਲੋ ਹਾਂ ਚੱਲ ਮੈਂ ਆਇਆ ਹੁਣੇ ਦੁਕਾਨ ਤੇ ਆ ਮੇਰਾ ਪੁੱਤ ਉਹ ਮੇਰਾ ਬੱਚਾ ਕੈਸੇ ਜਾਤਾ ਹੈ ਦੌੜ ਦੌੜ ਕੇ
ਹੋਵੇ।